ਵਧੀਆ ਫਿਲਮ ਹੈ ਇੱਕ ਕੱਲਾ ਨਾ ਉਹਨਾਂ ਨੇ ਪੇਸ਼ ਕੀਤਾ ਹੈ ਇੱਕ ਅਲੱਗ ਤਰ੍ਹਾਂ ਨਾਲ ਬਹੁਤ ਵਧੀਆ ਫਿਲਮ ਮੇਰੇ ਬਹੁਤ ਘੈਂਟ ਫਿਲਮ ਹੈ ਬਹੁਤ ਵਧੀਆ ਸਟੋਰੀ ਹੈ ਮੈਂ ਤਾਂ ਉਦੋਂ ਹੀ ਫੈਨ ਹੋ ਗਈ ਸੀ ਤੇ ਮੈਨੂੰ ਮੇਰਾ ਕੈਰੈਕਟਰ ਜਿਹੜਾ ਸਿਮੀ ਦਾ ਉਹ ਬਹੁਤ ਵਧੀਆ ਲੱਗਿਆ ਸੀ ਬਹੁਤ ਸ਼ੇਡਸ ਹੈ ਉਸ ਕੈਰੈਕਟਰ ਦੇ ਪਰਦਿਆਂ ਪਿੱਛੇ ਭਾਵੇਂ ਕਿੰਨੀ ਦੀ ਖੂਬਸੂਰਤੀ ਹੋਵੇ ਮਾਇਨੇ ਨਹੀਂ ਰੱਖਦੀ ਬਹੁਤ ਘੈਂਟ ਫਿਲਮ ਹੈ ਬਾਈ ਦੇਖੋ ਸਾਰੇ ਬਹੁਤ ਹੀ ਵਧੀਆ ਮੂਵੀ ਜੀ ਬਹੁਤ ਵਧੀਆ ਪੇਂਟਰ ਨਵੇਂ ਆਰਟਿਸਟ ਨੂੰ ਮੌਕਾ ਮਿਲਿਆ ਕੁਝ ਅਲੱਗ ਕਨਸੈਪਟ ਆਇਆ ਚੱਲੂ ਫਿਲਮ ਚਲਾਉਣੀ ਇੰਨੀ ਆਸਾਨ ਨਹੀਂ ਹੈ ਨਾ ਕਿ ਲੋਕਾਂ ਤੱਕ ਪਹੁੰਚਾਉਣੀ ਜਾਂ ਉਹਨਾਂ ਨੂੰ ਪਸੰਦ ਕਰਵਾਉਣੀ ਕੋਈ ਮਤਲਬ ਕਹਿੰਦੇ ਨਹੀਂ ਹੁੰਦੇ ਖਾਲਾ ਜੀ ਦਾ ਵਾੜਾ ਨਹੀਂ ਹੈ ਨਾ ਬਹੁਤ ਵਧੀਆ ਜੀ ਬਹੁਤ ਤਾਜ ਐਂਡ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਕੁਝ ਵੀ ਬੋਲ ਰਹੇ ਸੀਗੇ ਮੈਨੂੰ ਹਸੀ ਆਈ ਜਾ ਰਹੀ ਹੈ ਤਾਜ ਸਰ ਨੇ ਲਿਟਰਲੀ ਕਿਹਾ ਕਿ ਇਹਨੂੰ ਚੁੱਪ ਕਰਾਓ ਇਹਦਾ ਮੇਰਾ ਮੂੰਹ ਬੰਦ ਕਰਾਓ ਮੇਰਾ ਰੰਗ ਦੇਖਿਆ ਟੈਲੈਂਟ ਨਹੀਂ ਦੇਖਿਆ ਕਿ ਹਸਣਾ ਹਸਾਉਣਾ ਹੀ ਐਂਟਰਟੇਨਮੈਂਟ ਨਹੀਂ ਹੈਗਾ ਕੋਈ ਕੰਮ ਦੀ ਗੱਲ ਕਰ ਲੈਣੀ ਕੋਈ ਸਮਾਜ ਨੂੰ ਕਿਸੇ ਹੱਸਦੇ ਚਲੋ ਵੈਸੇ ਹੱਸਦੇ ਹੱਸਦੇ ਵੀ ਤੁਸੀਂ ਕੋਈ ਸੇਧ ਦੇ ਜਾਣੀ ਉਹ ਸਿਨੇਮਾ ਉਹ ਕਹਾਣੀ ਹੈ ਦਿਲੋਂ ਜਿਹੜੀ ਹੈ ਬੰਦੇ ਦੀ ਉਹ ਖਾਹਿਸ਼ ਹੁੰਦੀ ਉਹ ਚੀਜ਼ ਹੈ ਅੰਦਰ ਹੋ ਗਿਆ ਬਹੁਤ ਵਧੀਆ ਲੱਗੀ ਹੋਈ ਜੀ ਬਹੁਤ ਵਧੀਆ ਰੂਹ ਖੁਸ਼ ਹੋ ਗਈ ਦੇਖ ਕੇ ਇੱਕ ਤਾਂ ਹੁੰਦਾ ਵੀ ਦਿਲ ਖੁਸ਼ ਹੋਣਾ ਇਹਦਾ ਰੂਹ ਖੁਸ਼ ਹੋ ਗਈ ਦੇਖ ਕੇ ਉਹ ਐਕਚੁਅਲ 'ਚ ਮੈਂ ਤਾਂ ਕਹਿੰਦਾ ਹੁੰਦਾ ਮੇਰੇ ਪਕੌੜੇ ਖਾ ਖਾ ਕੇ ਪੇਂਟਰ ਬਣਿਆ ਹੋਇਆ ਹੈ ਸਤਿ ਸ਼੍ਰੀ ਅਕਾਲ ਹਮਦਰਦ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸ਼ੇਖਰ ਰਾਏ ਸੋ ਅੱਜ ਅਸੀਂ ਪਹੁੰਚੇ ਹਾਂ ਪੰਜਾਬੀ ਫਿਲਮ ਪੇਂਟਰ ਦੇ ਪ੍ਰੀਮੀਅਰ ਦੇ ਉੱਤੇ ਸੋ ਇਹ ਫਿਲਮ 12 ਮਈ ਨੂੰ ਹੀ ਯਾਨੀ ਕਿ ਅੱਜ ਹੀ ਰਿਲੀਜ਼ ਹੋਈ ਹੈ ਔਰ ਇਸ ਫਿਲਮ ਦੀ ਗੱਲ ਕਰੀਏ ਸੋ ਟੋਟਲੀ ਡਿਫਰੈਂਟ ਕਹਾਣੀ ਹੈ ਅੱਗੇ ਹਮੇਸ਼ਾ ਦਰਸ਼ਕ ਕਹਿੰਦੇ ਨੇ ਕਿ ਕੁਛ ਨਵਾਂ ਆਉਣਾ ਚਾਹੀਦਾ ਪੰਜਾਬੀ ਇੰਡਸਟਰੀ ਦੇ ਵਿੱਚ ਸੋ ਇੱਕ ਪੇਂਟਰ ਦੀ ਕਹਾਣੀ ਔਰ ਪੇਂਟਰ ਦੇ ਨਾਲ ਜੁੜੇ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਪਹਿਲੂ ਅਤੇ ਉਹਦੇ ਨਾਲ ਨਾਲ ਇੱਕ ਲਵ ਸਟੋਰੀ ਉਸਦੇ ਨਾਲ ਨਾਲ ਇੱਕ ਸਮਾਜ ਦੇ ਵਿੱਚ ਸੁਨੇਹਾ ਉਸਦੇ ਨਾਲ ਨਾਲ ਕੀ ਕੁਛ ਸਾਡੀਆਂ ਧੀਆਂ ਭੈਣਾਂ ਦੇ ਨਾਲ ਬਾਹਰ ਗਲਤ ਹੋ ਜਾਂਦਾ ਉਹਨਾਂ ਨੂੰ ਸਹੀ ਮੌਕੇ ਨਹੀਂ ਮਿਲ ਪਾਉਂਦੇ ਜ਼ਿੰਦਗੀ ਦੇ ਵਿੱਚ ਔਰ ਕਿਵੇਂ ਰੁਕਾਵਟਾਂ ਸਾਹਮਣੇ ਆਉਂਦੀਆਂ ਨੇ ਇੰਨੀਆਂ ਸਾਰੀਆਂ ਚੀਜ਼ਾਂ ਦੇ ਨਾਲ ਇਹ ਸੁਮੇਲ ਕਰਕੇ ਇੱਕ ਐਂਟਰਟੇਨਿੰਗ ਸਟੋਰੀ ਬਣਾਈ ਗਈ ਹੈ ਔਰ ਉਸ ਫਿਲਮ ਨੂੰ ਪੇਸ਼ ਕੀਤਾ ਗਿਆ ਸੋ ਇਸ ਫਿਲਮ ਦੇ ਵਿੱਚ ਮਹਿਰਾਜ ਸਿੰਘ ਲੀਡ ਕੈਰੈਕਟਰ ਦੇ ਉੱਤੇ ਪੇਂਟਰ ਦੇ ਕਿਰਦਾਰ ਦੇ ਵਿੱਚ ਉਹਨਾਂ ਦੇ ਨਾਲ ਈਸ਼ਾ ਗੁਪਤਾ ਅਤੇ ਆਕ੍ਰਿਤੀ ਸਹੋਤਾ ਇਹ ਤਿੰਨੋਂ ਐਕਟਰਸ ਜਿਹੜੇ ਨੇ ਉਹ ਇਸ ਫਿਲਮ ਤੋਂ ਡੈਬਿਊ ਕਰ ਰਹੇ ਨੇ ਪਰ ਜਿਹੜਾ ਇਹਨਾਂ ਬਾਰੇ ਗੱਲ ਕਹੀ ਜਾਂਦੀ ਉਹ ਇਹ ਕਹੀ ਜਾਂਦੀ ਹੈ ਕਿ ਬਹੁਤ ਕਮਾਲ ਦੇ ਜਿਹੜੇ ਨੇ ਐਕਟਰਸ ਨੇ ਥੀਏਟਰ ਆਰਟਿਸਟ ਨੇ ਸੋ ਫਿਲਮ ਦੇ ਵਿੱਚ ਪੰਜਾਬੀ ਫਿਲਮ ਦੇ ਵਿੱਚ ਇਹਨਾਂ ਨੇ ਜੀ ਜਾਨ ਲਗਾ ਕੇ ਆਪਣੇ ਕਿਰਦਾਰਾਂ ਨੂੰ ਨਿਭਾਇਆ ਸੋ ਆਓ ਇਸ ਫਿਲਮ ਨੂੰ ਦੇਖਦੇ ਹਾਂ ਪ੍ਰੀਮੀਅਰ ਦੇ ਉੱਤੇ ਸਟਾਰਕਾਸਟ ਦੇ ਨਾਲ ਵੀ ਮਿਲਾਵਾਂਗੇ ਅਤੇ ਲੋਕਾਂ ਤੋਂ ਵੀ ਸੁਣਾਵਾਂਗੇ ਕਿ ਉਹਨਾਂ ਨੂੰ ਫਿਲਮ ਕਿਵੇਂ ਦੀ ਲੱਗੀ ਸਤਿ ਸ਼੍ਰੀ ਅਕਾਲ ਹਮਦਰਦ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸ਼ੇਖਰ ਰਾਏ ਸੋ ਅੱਜ ਅਸੀਂ ਪ੍ਰੀਮੀਅਰ ਦੇ ਉੱਤੇ ਪਹੁੰਚੇ ਹਾਂ ਪੰਜਾਬੀ ਫਿਲਮ ਪੇਂਟਰ ਰਿਲੀਜ਼ ਹੋਈ ਹੈ ਸੋ ਪਹਿਲੀ ਵਾਰ ਹੋਇਆ ਕਿ ਕਿਸੇ ਬਹੁਤ ਸਾਰੇ ਕਲਾਕਾਰਾਂ ਦੇ ਉੱਤੇ ਫਿਲਮਾਂ ਬਣਦੀਆਂ ਰਹੀਆਂ ਨੇ ਪਰ ਕਿਸੇ ਪੇਂਟਰ ਦੇ ਉੱਤੇ ਪਹਿਲੀ ਵਾਰ ਪੰਜਾਬੀ ਫਿਲਮ ਬਣੀ ਹੈ ਹਿੰਦੀ ਦੇ ਵਿੱਚ ਵੀ ਅਸੀਂ ਇਸ ਵਿਸ਼ੇ ਦੇ ਉੱਤੇ ਫਿਲਮ ਬਣਦੀ ਘੱਟ ਦੇਖੀ ਹੈ ਪਰ ਪੇਂਟਰ ਫਿਲਮ ਸਿਰਫ ਇੱਕ ਪੇਂਟਰ ਦੀ ਜ਼ਿੰਦਗੀ ਨੂੰ ਨਹੀਂ ਦਰਸਾਉਂਦੀ ਉਸਦੀ ਕਲਾ ਨੂੰ ਨਹੀਂ ਦਰਸਾਉਂਦੀ ਪਿਆਰ ਦੇ ਵੱਖਰੇ ਵੱਖਰੇ ਰੰਗ ਨੂੰ ਦਰਸਾਉਂਦੀ ਹੈ ਜ਼ਿੰਦਗੀ ਦੀ ਸੱਚਾਈਆਂ ਨੂੰ ਉਹਨਾਂ ਗਹਿਰਾਈਆਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੂੰ ਅੱਜ ਅਸੀਂ ਸ਼ਾਇਦ ਇਗਨੋਰ ਕਰ ਰਹੇ ਹਾਂ ਔਰ ਇਸ ਫਿਲਮ ਦੇ ਵਿੱਚ ਸ਼ੁਰੂਆਤ ਕੀਤੀ ਹੈ ਈਸ਼ਾ ਗੁਪਤਾ ਨੇ ਜੋ ਕਿ ਪਹਿਲਾਂ ਸੀਰੀਅਲ ਦੇ ਵਿੱਚ ਵੀ ਕੰਮ ਕਰਦੇ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਹਮਦਰਦ ਥੈਂਕ ਯੂ ਸੋ ਮੱਚ ਸੋ ਤੁਹਾਡੀ ਡੈਬਿਊ ਫਿਲਮ ਔਰ ਮੈਂ ਇਹ ਕਹਾਂਗਾ ਕਿ ਕਲਾ ਦੇ ਨਾਲ ਭਰਪੂਰ ਇੱਕ ਫਿਲਮ ਤੁਹਾਨੂੰ ਮਿਲੀ ਫਿਲਮਾਂ ਜਿਹੜਾ ਬਿਜ਼ਨਸ ਕਰਦੀਆਂ ਨੇ ਬਿਜ਼ਨਸ ਕਮਰਸ਼ੀਅਲ ਇਹ ਜਿਹੜੇ ਵਰਡਸ ਨੇ ਉਹ ਇੱਕ ਅਲੱਗ ਪਾਸੇ ਹੁੰਦੇ ਨੇ ਪਰ ਇੱਕ ਆਰਟਿਸਟ ਦੀ ਲਾਈਫ ਦੇ ਵਿੱਚ ਇੱਕ ਕਲਾਤਮਕ ਮੌਕਾ ਮਿਲਣਾ ਉਹ ਇੱਕ ਵੱਡੀ ਚੀਜ਼ ਹੁੰਦੀ ਹੈ ਸੋ ਹਾਊ ਡੂ ਯੂ ਫੀਲ ਟੂਡੇ ਕਿ ਤੁਸੀਂ ਇਸ ਫਿਲਮ ਦਾ ਪਾਰਟ ਬਣੇ ਹੋ ਔਰ ਅੱਜ ਜਦੋਂ ਹਰ ਕੋਈ ਐਪਰੀਸ਼ੀਏਟ ਕਰ ਰਿਹਾ ਤਾੜੀਆਂ ਵੱਜ ਰਹੀਆਂ ਸੀਗੀਆਂ ਜਦੋਂ ਲੋਕੀ ਫਿਲਮ ਦੇਖ ਰਹੇ ਸੀ ਸੋ ਉਦੋਂ ਕਿਵੇਂ ਦਾ ਮਹਿਸੂਸ ਕਰ ਰਹੇ ਮੈਂ ਐਕਚੁਅਲੀ ਜਦੋਂ ਮੂਵੀ ਦੇ ਬਾਰੇ ਸੁਣਿਆ ਸੀ ਨਾ ਨਰੇਸ਼ਨ ਕੀਤੀ ਸੀ ਤਾਜ ਸਰ ਨੇ ਮੈਂ ਤਾਂ ਉਦੋਂ ਹੀ ਫੈਨ ਹੋ ਗਈ ਸੀ ਅਤੇ ਮੈਨੂੰ ਮੇਰਾ ਕੈਰੈਕਟਰ ਜਿਹੜਾ ਸਿਮੀ ਦਾ ਉਹ ਬਹੁਤ ਵਧੀਆ ਲੱਗਿਆ ਸੀ ਬਹੁਤ ਸ਼ੇਡਸ ਹੈ ਉਸ ਕੈਰੈਕਟਰ ਦੇ ਈਗੋਇਸਟਿਕ ਹੈ ਸਵੀਟ ਹੈ ਇਨੋਸੈਂਟ ਹੈ ਤਾਂ ਮੈਨੂੰ ਉਸ ਟਾਈਮ ਲੱਗਿਆ ਸੀ ਕਿ ਇਹ ਕੁਛ ਡਿਫਰੈਂਟ ਆ ਰਿਹਾ ਇੰਡਸਟਰੀ ਦੇ ਵਿੱਚ ਬਿਕੋਜ਼ ਜਿਵੇਂ ਅਸੀਂ ਕਹਿੰਦੇ ਨਾ ਬੀਇੰਗ ਐਨ ਆਡੀਅੰਸ ਕਿ ਕੁਛ ਨਵਾਂ ਦੇਖਣਾ ਸਟੋਰੀ ਵੇਖਣੀ ਹੈ ਰੀਅਲ ਵੇਖਣਾ ਹੈ ਤਾਂ ਇਹ ਸਟੋਰੀ ਉੱਦਾਂ ਦੀ ਹੈ ਮੈਂ ਮਤਲਬ ਦਿਲੋਂ ਚਾਹੁੰਦੀ ਹਾਂ ਕਿ ਸਾਰੇ ਇੱਕ ਵਾਰੀ ਤਾਂ ਆ ਕੇ ਹਾਲ 'ਤੇ ਮੂਵੀ ਵੇਖੇ ਬਿਕੋਜ਼ ਇਹ ਬੜੇ ਪਰਦੇ ਲਈ ਬਣੀ ਆ ਇਹ ਮੈਸੇਜ ਵੀ ਦਿੰਦੀ ਆ ਅਤੇ ਇਸ ਫਿਲਮ ਨਾਲ ਜੁੜ ਕੇ ਮੈਨੂੰ ਤਾਂ ਬਹੁਤ ਵਧੀਆ ਲੱਗਾ ਬਿਕੋਜ਼ ਕਿੰਨੀ ਸਵੀਟ ਸਟੋਰੀ ਹੈ ਕਿੰਨੇ ਸਵੀਟ ਸਵੀਟ ਮੈਸੇਜਿਸ ਹੈ ਤਾਂ ਇੰਨੇ ਵਧੀਆ ਵਧੀਆ ਆਰਟਿਸਟ ਨੇ ਸਾਰੇ ਤਾਜ ਸਰ ਮੈਂ ਸਾਰਾ ਕ੍ਰੈਡਿਟ ਤਾਜ ਸਰ ਨੂੰ ਦਿੰਦੀ ਹਾਂ ਬਿਕੋਜ਼ ਲਿਖੀ ਵੀ ਉਹਨਾਂ ਨੇ ਡਾਇਰੈਕਟ ਵੀ ਉਹਨਾਂ ਨੇ ਕੀਤੀ ਅਤੇ ਸਾਡੇ ਤੋਂ ਐਕਟਿੰਗ ਵੀ ਉਹਨਾਂ ਨੇ ਹੀ ਕਢਵਾਈ ਆ ਤਾਂ ਥੈਂਕਸ ਟੂ ਤਾਜ ਸਰ ਬਾਕੀ ਮੈਂ ਆਡੀਅੰਸ ਨੂੰ ਰਿਕੁਐਸਟ ਕਰਦੀ ਹਾਂ ਪਲੀਜ਼ ਸਾਰੇ ਜਾ ਕੇ ਇੱਕ ਵਾਰੀ ਤਾਂ ਵੇਖਿਓ ਜੀ
और इस मैं ये भी दसना चाहाँगा कि कुछ फिल्मा सिर्फ होंदिया ने कि कुछ पलों के लिए तुम उन्होंने इंजॉय कर लें दैट्स इट सिनेमा तो बहर आ जाने हंसते हुए पर कुछ फिल्मा होंदिया ने जिड़िया कि थोड़े न जुड़ जा ने जिंदगी जुड़ जाए उन्होंने तो बड़ा कुछ सीखते हो सो बड़ी इदा दीज़ा सगिया अगर मैं प्यार के रिफलैक्शन की गल करा लव लाइफ की गल करिए सो एक तरफा प्यार ये जिहड़ा अज कल सानू जिहड़ा ये मिठास जिहड़ी वो देखने नहीं मिलती कि भावें एक तरफा होवे पर फिर भी बड़ी शिद्दत दे नाल बड़ी ईमानदारी दे नाल होवे सो की तुसी अपनी लाइफ दे विच कदी इस नू महसूस कीता मैं एक तरफा प्यार सच्ची दसा एक्टिंग नू लेके महसूस किया बिकॉज जिदा का मेरा मेरे ड्रीम सन जिदा दे उदा दे हजे तक मैनू ब्रेक नहीं मिलिया बट रियलिटी किसी पर्सन नाल ता नहीं बट पर अपने ड्रीम्स नाल चल रहा है ड्रीम्स नाल ता हुन भी चल रहा है उन मैं एक्सपेक्ट कर दिया वधिया वधिया काम करा आगे बट तुसी सही क्या मतलब तुम्हारे सपने नाल तुम्हारा एक तरफा प्यार चल रहा है हुन तुसी चाहते हो तुम्हारे सपने भी तुम्हें प्यार करन लग जी वो भी कर रहे हैं पर थोड़ा हौली हौली कर रहे हैं छेती छेती करें तो वधिया है बट हाँ तुसी सही क्या कि फिल्म च ना बहुत एक मतलब डीप स्टोरी है जो अजकल असी नहीं वेखते वरना पता ही है तुहानू लोगों का किवें है एक चेंज होया बॉयफ्रेंड दूजा नया तैयार हुंदा है बट ये ता ही मैं कहंदी आ स्पिरिचुअल स्टोरी भी आदा का प्यार होना चाहिए अज के टाइम च भी हूँ वो थोड़ा जहा कट हो गया बट मैनू लगता है इदा के लोग रियल लाइफ च भी होने आ इंस्पिरेशन मिली आ चलो हुण तुसी कहो भी दूजे तरह भी होना चाहिए भी फिर इदा भी लोग नाराज़ हो जाएंगे है ना सो हर तरह का होना चाहिए प्यार होना चाहिए लाइफ के सही गल सारे की अपनी लाइफ है असी कौन होंगे कहने वाले बट प्यार करो तो दिल नाल करो रूह नाल करो बट इट्स गुड जो असं इदा की स्टोरीज देखते हैं तो दिल में सुकून देंदिया ने अच्छा दूजा मैं एक लाइफ एस्पैक्ट बारे मैं एक चीज़ फिल्म के महसूस की कि यह कहा गया है कि शायद असं बहुत सारिया उन्हों चीज़ों वाल भजते हैं जिड़िया कि टैंपरेरी होंगे ने बट कुछ जो एक बेसिक लाइफ होंगी है वह बड़ी सिंपल होंगी है असं उदे वाल ध्यान नहीं देंगे सो इस बारे थोड़ा ओपीनियन की है ਉਹੀ ਸੀ ਸਿੰਮੀ ਦਾ ਕੈਰੈਕਟਰ ਉਹ ਪੈਸੇ ਕਰਕੇ ਬਹੁਤ ਐਟੀਟਿਊਡ ਸੀ ਉਹਦੇ 'ਤੇ ਬਟ ਫਿਲਮ ਦੇ ਐਂਡ 'ਚ ਉਹਨੂੰ ਵੀ ਰਿਅਲਾਈਜ਼ ਹੋ ਗਿਆ ਕਿ ਕਿਸੇ ਦਾ ਸਾਥ ਹੋਣਾ ਜ਼ਿਆਦਾ ਜ਼ਰੂਰੀ ਹੈ ਲਾਈਫ 'ਚ ਪੈਸਾ ਆਉਂਦਾ ਜਾਂਦਾ ਰਹੇਗਾ ਕੰਮ ਆਉਂਦਾ ਜਾਂਦਾ ਰਹੇਗਾ ਬਟ ਜੇ ਕੋਈ ਤੁਹਾਡੇ ਨਾਲ ਹੈ ਨਾ ਦਿਲ ਨਾਲ ਜੁੜਿਆ ਹੈ ਰੂਹ ਨਾਲ ਜੁੜਿਆ ਉਹ ਕਦੇ ਤੁਹਾਡਾ ਸਾਥ ਨਹੀਂ ਛੋੜੂਗਾ ਤਾਂ ਮੈਨੂੰ ਲੱਗਦਾ ਦਿਲ ਦੇ ਰਿਸ਼ਤੇ ਅੱਜ ਦੇ ਟਾਈਮ 'ਚ ਵੀ ਅਤੇ ਆਉਣ ਵਾਲੇ ਟਾਈਮ 'ਚ ਵੀ ਹਮੇਸ਼ਾ ਹੀ ਸਭ ਤੋਂ ਇੰਪੋਰਟੈਂਟ ਰਹਿਣਗੇ अच्छा मैं ये जानना चाहता मैं ईशा तो यह पूछ ला कि इन्ने समझदार तुसी आ फिल्म करके होए हो या फिर इस तो पहला भी सीगे नहीं मैं इदा दैगी हाँ मैं रब तो थोड़ा रब च थोड़ा ज़्यादा विश्वास रखती हाँ मैं एक स्टोरी दसा जद फिल्म लई साइन किया सी ना उस तो पहला मैं उदा ही बैठी सी अपने घर तो मैं मतलब आसमान च वेख के आई वॉज टॉकिंग टू गॉड कि बाबा जी मैनू ना हुण फिल्म करनी आ सीरियल तो बाद आई वॉज लाइक कि मैनू ना हुण फिल्म करनी आ तुसी तां कुछ भी कर सकते हो तुसी मैनू फिल्म दवाओ अगले 5 मिनट्स में मैनू कॉल आ जाए किसी की कि मैनू फिल्म च साइन करना चाहते हैं तो वह सच्ची च होया अच्छा हाँ तो मैनू ढिल्लों सर दा कास्टिंग जिन्हां ने की उन्हों का कॉल आ गया कि इदा इदा करके एक फिल्म है तुसी करोगे आई वॉज लाइक मैं क्यों नहीं करांगी फिर उस तो बाद मीटिंग हुई सब कुछ इन्ना स्मूथ हो गया ना उस टाइम मैनू बिलीव होया कि असी जो दिल रब तो कुछ भी मांगते हैं ना तो वो तो विश्वास रखते हैं वो दिंदा है चाहे थोड़ी देर नाल दे पर दिंदा है अच्छा मैं खुशी हो रही है कि हजे भी असं ये कह दें हूँ बड़ी लोग गल करते हैं कि अजक का यूथ बड़ा भटक गया इदा उदा तो देखो समझो इदा नहीं है जेडे नवे कलाकार आ रहे हैं या फिर यूथ हैगा वह रब च भरोसा भी रखता सो बहुत चंगा लग्या ये सारा कुछ मैं ऐ लगता है कि जी थानू पेरेंटिंग मिली होंगी है या जो घरों सीख्या होंगे तुम है ना उसका रीज़न होंगे और उदा की तुम जी फिल्म भी मिली है मैं दूसरी साइड एक होर जी खास गल हुई है फिल्म के है कि चलो रब की मेहर ना रूप सुनखा हैगा पर वो लड़कियां जिन्हों रंग दे करके उन्हां नाल भेदभाव किया जाता है उस बारे फिल्म बड़ा वड्डा मैसेज दिंदी है या उस तो इलावा जो भी लड़कियां घरों बाहर निकलदियां ने तो उन्हां नू पैर पैर दे उत्ते जिहड़ा कॉम्प्रोमाइज़ करन दे लई कहा जाता है कि वो लाइफ दे विच कुछ कर ही नहीं पाउंदियां मतलब उन्हां दी इच्छावां जिहड़ियां ने उन्हां नू प्रगट ही नहीं कर पाउंदियां किते सो ये मैसेज भी दिता सो उसका तुसीं हिस्सा हो सो तुहाडी ओपीनियन च की कहोगे फिल्म च ना बिल्कुल रियलिटी दिखाई है तो चंगे माड़े लोग तो हर थां ते हुंदे आ इंडस्ट्री च भी हैगे आ बाहर पार भी हैगे आ बट तुसी सही क्या कि रंग वेट आ सारी चीज़ा ना रब दे हाथ है मैनू जिद्दां दा बनाया रब ने बनाया तो सारे नू जिद्दां दा भी बनाया रब ने बनाया तो असी किसी नू पॉइंट आउट करके कि तुसी सोने नहीं दिख रहे तो वह गलत है क्योंकि तुसी सीधा सीधा रब नाल कह रहे हो कि तुसी सोना नहीं बनाया
ਤੇ ਰੱਬ 'ਚ ਤਾਂ ਅਸੀਂ ਕੋਈ ਫਾਲਟ ਨਿਕਾਲ ਨਹੀਂ ਸਕਦੇ, ਉਹ ਤਾਂ ਜਿੱਦਾਂ ਦਾ ਹੈ ਉੱਦਾਂ ਦਾ ਹੈ, ਅਸੀਂ ਤਾਂ ਰੱਬ ਨੂੰ ਵੀ ਕਦੇ ਨਹੀਂ ਵੇਖਿਆ ਉਹ ਕਿੱਦਾਂ ਦਾ ਦਿਖਦਾ ਹੋਊਗਾ, ਤਾਂ ਇਹਨਾਂ ਚੀਜ਼ਾਂ ਤੋਂ ਉੱਠ ਕੇ ਉੱਪਰ ਉੱਠ ਕੇ ਸਾਨੂੰ ਵੇਖਣਾ ਚਾਹੀਦਾ ਸਾਰਿਆਂ ਦੇ ਟੈਲੈਂਟ ਦਾ, ਉਹਦੇ ਨੇਚਰ ਦੀ ਐਪਰੀਸੀਏਸ਼ਨ ਕਰਨੀ ਚਾਹੀਏ। ਲੁਕਸ ਤਾਂ ਕੀ ਹੈ, ਇੱਕ ਦਿਨ ਤਾਂ ਸਾਰਿਆਂ ਨੇ ਬੁੱਢਾ ਹੋਣਾ ਹੀ ਹੈ, ਫਿਰ ਤਾਂ ਟੱਲ ਹੀ ਜਾਣੇ ਆ, ਤਾਂ ਇਹ ਸਾਰੀ ਚੀਜ਼ਾਂ ਦਾ ਚੱਲਦੀ ਰਹਿੰਦੀਆਂ। ਤਾਂ ਬਹੁਤ ਸੋਹਣਾ ਮੈਸੇਜ ਹੈ ਕਿ ਇੰਡਸਟਰੀ ਦੀ ਥੋੜ੍ਹੀ ਥੋੜ੍ਹੀ ਰਿਐਲਿਟੀ ਵੀ ਹੈ। ਹਾਂ, ਹੁਣ ਇਹ ਨਾ ਜਿਹੜੇ ਲੋਕ ਮੇਰੇ ਬਾਰੇ ਵੀ ਕੁਛ ਇੱਦਾਂ ਬੋਲਦੇ ਹੋਣਗੇ, ਆਪਣੇ ਆਪ ਸਮਝੋ, ਅੱਗੇ ਤੋਂ ਇੱਦਾਂ ਦੀ ਗੱਲ ਨਹੀਂ ਕਰਨੀ। ਹਰ ਚੀਜ਼ ਜੋ ਚਮਕਤੀ ਨਾ ਸੋਨਾ, ਹੈ ਨਾ। ਸੋ ਇਹ ਚੀਜ਼ ਹਮੇਸ਼ਾ, ਸੋ ਵਿਸ਼ ਯੂ ਆਲ ਦੀ ਬੈਸਟ, ਬਹੁਤ ਚੰਗਾ ਲੱਗਿਆ। ਔਰ ਅਗਰ ਮੈਂ ਬਾਕੀ ਦੀ ਤੁਹਾਡੀ ਸਟਾਰ ਕਾਸਟ ਜਿਹੜੀ ਹੈਗੀ ਆ ਉਸਦੇ ਨਾਲ ਤੁਹਾਡੇ ਐਕਸਪੀਰੀਅੰਸ ਦੀ ਗੱਲ ਕਰਾਂ, ਸੋ ਇਨ ਫਿਊ ਵਰਡਸ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਸਾਰਿਆਂ ਨਾਲ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮਹਿਰਾਜ ਨਾਲ। ਮਹਿਰਾਜ ਨੇ ਕਿੰਨੀ ਸੋਹਣੀ ਐਕਟਿੰਗ ਕਰੀ ਫਿਲਮ 'ਚ, ਅਤੇ ਆਕ੍ਰਿਤੀ ਨਾਲ, ਆਕ੍ਰਿਤੀ ਨਾਲ ਮੇਰੀ ਬਹੁਤ ਵਧੀਆ ਦੋਸਤੀ ਸੀ ਸੈੱਟ 'ਤੇ ਵੀ, ਅਸੀਂ ਨਾਲ ਨਾਲ ਹੀ ਰਹਿੰਦੇ ਸੀ। ਮਹਿਰਾਜ ਵੀ ਬਹੁਤ ਸਵੀਟ ਬੰਦਾ ਹੈ, ਉਹ ਜਿੱਦਾਂ ਦਾ ਫਿਲਮ 'ਚ ਹੈ ਨਾ ਉੱਦਾਂ ਦਾ ਰੀਅਲ 'ਚ ਵੀ ਹੈਗਾ, ਜ਼ਿਆਦਾ ਬੋਲਦਾ ਨਹੀਂ ਹੈ, ਸ਼ਾਂਤ ਰਹਿੰਦਾ ਹੈ, ਤਾਂ ਸਾਰਿਆਂ ਨਾਲ ਵਧੀਆ ਐਕਸਪੀਰੀਅੰਸ ਆ। ਮੇਰੀ ਮੰਮੀ ਦਾ ਰੋਲ ਜਿਨ੍ਹਾਂ ਨੇ ਕੀਤਾ ਬਹੁਤ ਸਵੀਟ ਨੇ, ਰਮਨ ਸਰ ਉਹ ਅੱਜ ਆਏ ਨਹੀਂ ਇੱਥੇ ਬਟ ਬਹੁਤ ਸਵੀਟ ਹੈ, ਮੈਂ ਉਹਨਾਂ ਨਾਲ ਪਹਿਲੇ ਵੀ ਕੰਮ ਕੀਤਾ ਹੈ, ਤਾਂ ਸਾਰਿਆਂ ਨਾਲ ਬਹੁਤ ਵਧੀਆ ਰਿਹਾ। ਅੱਛਾ, ਲਾਸਟ ਚੀਜ਼ ਪੁੱਛਾਂਗਾ ਕਿ ਤੁਹਾਨੂੰ ਵੀ ਮੈਨ ਆਫ ਫਿਊ ਵਰਡਸ ਪਸੰਦ ਨੇ ਜਿਵੇਂ ਲਾਈਕ ਮਹਿਰਾਜ ਦਾ ਕੈਰੈਕਟਰ ਸੀਗਾ? ਮੈਨੂੰ ਪਸੰਦ ਹੈ, ਹਾਂ, ਡਿਪੈਂਡ ਕਰਦਾ ਹੈ। ਓਕੇ, ਆਲਰਾਈਟ। ਸੋ ਈਸ਼ਾ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਵਿਸ਼ ਯੂ ਆਲ ਦੀ ਬੈਸਟ, ਦੁਆਵਾਂ ਨੇ ਸਾਡੇ ਵੱਲੋਂ। ਸੋ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੇ, ਜਾ ਕੇ ਤੁਹਾਡੀ ਫਿਲਮ ਦੇਖਣ ਔਰ ਇੰਜੋਏ। ਯਾ, ਪਲੀਜ਼ ਪਲੀਜ਼ ਜਾ ਕੇ ਵੇਖੋ, ਇਟਸ ਅ ਮਸਟ ਵਾਚ ਫਿਲਮ, ਅਤੇ ਥੀਏਟਰ 'ਤੇ ਆ ਕੇ ਤੁਸੀਂ ਇਹਦਾ ਐਕਸਪੀਰੀਅੰਸ ਜ਼ਰੂਰ ਲੈਣਾ ਚਾਹੋਗੇ, ਤਾਂ ਕੁਝ ਸਿੱਖ ਕੇ ਜਾਓਗੇ, ਤਾਂ ਪਲੀਜ਼ ਜਾ ਕੇ ਜ਼ਰੂਰ ਵੇਖਿਓ। ਸੋ ਪੰਜਾਬੀ ਫਿਲਮ ਪੇਂਟਰ ਦੇ ਜਿਹੜੇ ਪ੍ਰੀਮੀਅਰ ਦੇ ਉੱਤੇ ਪਹੁੰਚ ਚੁੱਕੇ ਹੈ, ਸੋ ਫਿਲਮ ਜਿਹੜੀ ਹੈ ਕਈ ਤਰ੍ਹਾਂ ਦੇ ਸ਼ੇਡਸ ਲੈ ਕੇ ਆਉਂਦੀ ਹੈ। ਪਹਿਲੀ ਗੱਲ ਇਹ ਹੈ ਕਿ ਕੁੜੀਆਂ ਨਾਲ ਜੋ ਨਾਇਨਸਾਫੀ ਹੁੰਦੀ ਹੈ ਉਸਦੇ ਬਾਰੇ ਗੱਲ ਹੁੰਦੀ ਹੈ, ਉਸ ਤੋਂ ਬਾਅਦ ਪੇਂਟਰ ਜਿਸਦੇ ਉੱਤੇ ਕਦੀ ਫਿਲਮ ਨਹੀਂ ਬਣੀ ਸੀ ਉਸ ਕਲਾ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ, ਅਤੇ ਉਸ ਤੋਂ ਬਾਅਦ ਉਹ ਵੀ ਦੱਸਿਆ ਜਾਂਦਾ ਕਿ ਜ਼ਿੰਦਗੀ ਦੀ ਸੱਚਾਈ ਕੀ ਹੁੰਦੀ ਹੈ, ਮਤਲਬ ਖੁਸ਼ ਰਹਿਣ ਦਾ ਤਰੀਕਾ ਕੀ ਹੁੰਦਾ, ਅਸਲੀਅਤ ਕੀ ਹੈ ਲਾਈਫ ਦੀ। ਔਰ ਤੁਸੀਂ ਕਹਿੰਦੇ ਸੀ ਨਾ ਕਿ ਨਵੇਂ ਕਲਾਕਾਰ ਨਹੀਂ ਆ ਰਹੇ, ਸੋ ਨਵੇਂ ਕਲਾਕਾਰਾਂ ਦੇ ਵਿੱਚ ਮਹਿਰਾਜ ਸਿੰਘ ਜਿਨ੍ਹਾਂ ਨੂੰ ਇੰਟਰੋਡਿਊਸ ਕੀਤਾ ਗਿਆ ਇਸ ਫਿਲਮ ਦੇ ਵਿੱਚ, ਔਰ ਆਕ੍ਰਿਤੀ ਸਹੋਤਾ, ਸੋ ਦੋਨੋਂ ਮੇਰੇ ਨਾਲ ਨੇ, ਪਲੀਜ਼ ਵੈਲਕਮ। ਸੋ ਦੋਨੋਂ ਸਾਡੇ ਨਾਲ ਨੇ ਜੀ। ਸਤਿ ਸ਼੍ਰੀ ਅਕਾਲ। ਹੁਣ ਮੈਂ ਇੱਧਰ ਆ ਜਾਂਦਾ, ਜੋੜੀ ਦੇ ਵਿੱਚ ਨਹੀਂ ਫਸੀਦਾ ਹੁੰਦਾ, ਸੋ ਜੋੜੀ ਹਮੇਸ਼ਾ ਜਿਹੜੀ ਹੈ ਨਾਲ ਚੰਗੀ ਲੱਗਦੀ ਹੁੰਦੀ ਹੈ, ਪਰ ਇਹ ਜੋੜੀ ਇੱਕ ਅਨੋਖੀ ਜੋੜੀ ਮੈਂ ਕਹਾਂਗਾ। ਫਿਲਮ ਦੇ ਵਿੱਚ ਉਹ ਪਿਆਰ ਦਿਖਾਇਆ ਜਿਹੜਾ ਕਿ ਰੂਹਾਨੀ ਤੋਂ ਵੀ ਇੱਕ ਲੈ ਲਓ ਵੀ ਇਮੈਜਿਨਰੀ ਵਰਲਡ, ਜਿਹੜਾ ਕਿ ਇੱਕ ਪੇਂਟਰ ਇੱਕ ਆਰਟਿਸਟ ਸਮਝ ਸਕਦਾ, ਰੂਹਾਨੀ ਇਮੈਜਿਨਰੀ। ਸੋ ਪੇਂਟਰ ਸਾਹਿਬ ਨਾਲ ਖੜ੍ਹੇ ਨੇ ਤਾਂ ਉਹਨਾਂ ਤੋਂ ਪੁੱਛਾਂਗੇ, ਮਹਾਰਾਜ ਜੀ ਕੀ ਹੈ, ਕਿਸ ਤਰ੍ਹਾਂ ਦਾ ਪਿਆਰ ਹੈ? ਜਿੱਦਾਂ ਤੁਸੀਂ ਕਿਹਾ ਨਾ ਕਿ ਰੂਹਾਨੀ ਪਿਆਰ ਹੈ, ਵਾਕਈ ਇੱਕ ਰੂਹਾਨੀ ਪਿਆਰ ਹੈ ਨਾ, ਕਿ ਉਹ ਪਿਆਰ ਦੀ ਮੈਨੂੰ ਲੱਗਦਾ ਕੋਈ ਪਰਿਭਾਸ਼ਾ ਹੈ ਨਹੀਂ ਹੈ, ਅਤੇ ਅਸਲ ਮੈਂ ਵੈਸੇ ਪਿਆਰ ਹੁੰਦਾ ਉਹੀ ਹੈ, ਅਤੇ ਬਸ ਅਸੀਂ ਉਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਪਰ ਉਹ ਥੋੜ੍ਹਾ ਜਿਹਾ ਸੱਚ ਦਿਖਾਉਣ ਦੇ ਚੱਕਰ 'ਚ ਨਾ ਇੰਨੀ ਸੋਹਣੀ ਕੁੜੀ ਨੂੰ ਵੀ ਉਹਦੇ ਵਿੱਚ ਥੋੜ੍ਹਾ ਹੋਰ ਡਾਰਕ ਕੰਪਲੈਕਸ਼ਨ ਦੇ ਵਿੱਚ ਕਰਤਾ, ਅਤੇ ਬਹੁਤ ਸੋਹਣੇ ਅੱਛੇ ਲੱਗ ਰਹੇ ਹੋ ਤੁਸੀਂ ਅੱਜ, ਹੈ ਨਾ। ਔਰ ਮੈਂ ਫਿਲਮ ਦੇਖ ਕੇ ਬੜਾ ਸਰਪ੍ਰਾਈਜ਼ ਹੋਇਆ ਕਿ ਉਸਦੇ ਵਿੱਚ ਜੋ ਕੈਰੈਕਟਰ ਸੀਗਾ ਉਸਦੇ ਵਿੱਚ ਬਹੁਤ ਤੁਸੀਂ ਡੀਪਲੀ ਚਲੇ ਗਏ, ਕਿਉਂਕਿ ਜਦੋਂ ਤਾਂ ਤੁਹਾਨੂੰ ਸਿਰਫ ਉਹ ਕੈਰੈਕਟਰ ਦੇ ਵਿੱਚ ਲੋਕ ਦੇਖਣਗੇ ਤਾਂ ਸੋਚਣਗੇ ਕੁੜੀ ਇੱਦਾਂ ਦੀ ਹੋਏਗੀ, ਪਰ ਜਦੋਂ ਇੱਦਾਂ ਦੇਖਣਗੇ ਫਿਰ ਬੜੇ ਹੈਰਾਨ ਹੋਣਗੇ ਕਿ ਅੱਛਾ ਇਹਨੇ ਕਰ ਲਿਆ। ਆਕ੍ਰਿਤੀ, ਰੀਅਲੀ ਐਪਰੀਸ਼ੀਏਟ, ਔਰ ਹਾਊ ਡੂ ਯੂ ਫੀਲ ਟੂਡੇ ਕਿ ਇੱਕ ਅੱਛਾ ਬ੍ਰੇਕ ਇਸ ਫਿਲਮ ਦੇ ਨਾਲ? ਮੈਂ ਬਹੁਤ ਲੱਕੀ ਫੀਲ ਕਰ ਰਹੀ ਹਾਂ। ਆਈ ਥਿੰਕ ਇਸ ਤੋਂ ਵਧੀਆ ਫੀਲਿੰਗ ਕੋਈ ਹੋ ਹੀ ਨਹੀਂ ਸਕਦੀ। ਈਵਨ ਰਾਈਟ ਨਾਓ ਆਈ ਕਾਂਟ ਬਿਲੀਵ ਆਲ ਆਫ ਦਿਸ, ਆਈ ਕਾਂਟ। ਮੇਰੇ ਮੰਮਾ ਆਏ ਹੋਏ ਹੈ ਅੱਜ, ਉਹਨਾਂ ਨੇ ਫਿਲਮ ਦੇਖੀ ਹੈ, ਮਤਲਬ ਇਸ ਤੋਂ ਵੱਡੀ ਗੱਲ ਮੇਰੀ ਹੋ ਹੀ ਨਹੀਂ ਸਕਦੀ। ਬਹੁਤ ਖੁਸ਼ ਹਾਂ ਮੈਂ। ਅੱਛਾ, ਫਿਲਮ ਦੇ ਵਿੱਚ ਵੀ ਇਹੀ ਗੱਲ ਚੱਲ ਰਹੀ ਸੀ ਨਾ ਕਿ ਲਾਈਫ ਦੇ ਵਿੱਚ ਬ੍ਰੇਕ ਚਾਹੀਦਾ, ਕਈ ਤਰ੍ਹਾਂ ਦੇ ਮੈਸੇਜਸ ਦੇ ਨਾਲ ਇੱਕ ਡੀਪ ਸਟੋਰੀ ਨੂੰ ਤੁਸੀਂ ਲੈ ਕੇ ਆਇਓ, ਤਾਂ ਜਿਸ ਟਾਈਮ ਇਹ ਫਿਲਮ ਜਦੋਂ ਸ਼ੂਟ ਹੋ ਰਹੀ ਸੀਗੀ, ਸੋ ਉਸ ਟਾਈਮ ਦੇ ਵਿੱਚ ਇਨਵਾਇਰਮੈਂਟ ਕੀ ਸੀਗਾ, ਜਾਂ ਤਾਜ ਭਾਅ ਜੀ ਵੱਲੋਂ ਸਪੈਸ਼ਲੀ, ਕਿਉਂਕਿ ਉਹਨਾਂ ਨੇ ਡਾਇਰੈਕਟ ਕੀਤੀ, ਉਹਨਾਂ ਨੇ ਲਿਖੀ ਹੈ ਕਹਾਣੀ, ਸੋ ਕੀ ਉਹ ਇੰਸਟਰਕਸ਼ਨ ਸੀਗੀਆਂ, ਕੀ ਪ੍ਰੈਸ਼ਰ ਸੀਗਾ ਕਿ ਇੱਕ ਸੋਲਫੁੱਲ ਇੱਕ ਡੀਪ ਫਿਲਮ ਬਣਾ ਰਹੇ ਹੈ, ਕੌਣ ਦੱਸੂਗਾ ਪਹਿਲਾਂ, ਤੁਸੀਂ ਦੱਸੋ? ਨਹੀਂ ਨਹੀਂ, ਇੱਦਾਂ ਦਾ ਕੋਈ ਪ੍ਰੈਸ਼ਰ ਨਹੀਂ ਸੀ, ਹੈ ਨਾ। ਈਵਨ ਉਹਨਾਂ ਤੋਂ ਅਸੀਂ ਕਾਫੀ ਕੁਝ ਸਿੱਖਿਆ ਵੀ ਹੈ, ਜਿੱਦਾਂ ਅਸੀਂ ਪਹਿਲਾਂ ਵੀ ਕਲਾਸਿਸ ਵਗੈਰਾ ਆਪਣੀਆਂ ਲਾਈਆਂ ਸੀ ਮੂਵੀ ਤੋਂ ਪਹਿਲਾਂ, ਹੈ ਨਾ, ਅਤੇ ਉਦੋਂ ਇੱਕ ਮਿਊਚੁਅਲ ਅੰਡਰਸਟੈਂਡਿੰਗ ਜੀ ਹੋ ਗਈ ਸੀ, ਹੈ ਨਾ। ਤਾਜ ਭਾਅ ਜੀ ਨੇ ਸਾਨੂੰ ਦੱਸਿਆ ਕਿ ਤੁਸੀਂ ਇਹ ਚੀਜ਼ ਪਰਫੋਰਮ ਕਰਨੀ ਹੈ ਨਾ, ਕੈਰੈਕਟਰ 'ਚ ਆਉਣ ਲਈ ਨੋ ਡਾਊਟ ਅਸੀਂ ਮਿਹਨਤ ਕੀਤੀ ਹੈ, ਅਤੇ ਹੁਣ ਇਹ ਨਹੀਂ ਪਤਾ ਹੁਣ ਦਰਸ਼ਕਾਂ ਨੂੰ ਕਿੰਨਾ ਕੁ ਲੱਗਿਆ ਕਿ ਅਸੀਂ ਕੈਰੈਕਟਰ 'ਚ ਹੈ ਕਿ ਨਹੀਂ ਹੈ, ਬਟ ਜੋ ਹੋਇਆ, ਮਤਲਬ ਇਹ ਨਹੀਂ ਕਹਿ ਸਕਦੇ ਬਹੁਤ ਈਜ਼ੀਲੀ ਹੋ ਗਿਆ, ਬਟ ਠੀਕ ਹੈ, ਉਸ ਪਿੱਛੇ ਸਾਰੀ ਟੀਮ ਨੇ ਹੀ ਮਿਹਨਤ ਕੀਤੀ ਸੀ। ਅੱਛਾ, ਪਰ ਮੈਨੂੰ ਨਾ ਇਹਨਾਂ ਦਾ ਕੈਰੈਕਟਰ ਬੜਾ ਡਿਫੀਕਲਟ ਜਿਹਾ ਲੱਗਿਆ, ਮਤਲਬ ਕੁੜੀਆਂ 'ਚ ਇਹਨਾਂ ਨੂੰ ਇੰਟਰਸਟ ਨਹੀਂ ਹੈ, ਦਾਰੂ ਬੰਦਾ ਨਹੀਂ ਪੀਂਦਾ, ਠੀਕ ਹੈ, ਪੈਸੇ 'ਚ ਇੰਟਰਸਟ ਨਹੀਂ ਹੈ,
ਤੇ ਭਾਜੀ ਮਤਲਬ ਇਦਾਂ ਦੇ ਵੀ ਹੁੰਦੇ ਲੋਕੀ? ਭਾਜੀ ਦੇਖੋ ਜ਼ਿੰਦਗੀ 'ਚ ਹਰ ਬੰਦੇ ਨੂੰ ਕਿਸੇ ਨਾ ਕਿਸੇ 'ਚ ਇੰਟਰਸਟ ਹੁੰਦਾ, ਕਿਸੇ ਨੂੰ ਜਿੱਦਾਂ ਤੁਸੀਂ ਕਿਹਾ ਕੁੜੀਆਂ 'ਚ, ਕਿਸੇ ਨੂੰ ਪੈਸੇ 'ਚ, ਕਿਸੇ ਨੂੰ ਕਿਸੇ ਨੂੰ, ਮੈਨੂੰ ਵੀ ਇੰਟਰਸਟ ਹੈ ਬਟ ਮੈਨੂੰ ਮੇਰੀ ਕੁਦਰਤ ਨਾਲ ਕਹਿ ਦਿਓ ਮੇਰੇ ਰੰਗਾਂ 'ਚ ਜਾਂ ਉਹਨਾਂ ਨਾਲ ਪਿਆਰ ਹੈ ਨਾ, ਤਾਂ ਉਹੀ ਚੀਜ਼ ਦਿਖਾਈ ਹੈ ਕਿ ਇੱਦਾਂ ਨਹੀਂ ਕਿ ਬੰਦਾ ਮਤਲਬ ਇੰਟਰਸਟ ਹੀ ਨਹੀਂ ਹੈ, ਸਭ ਨੂੰ ਪਿਆਰ ਹੈ, ਕਿਸੇ ਨੂੰ ਕੁਦਰਤ ਨਾਲ ਹੈ, ਕਿਸੇ ਨੂੰ ਮਾਂ ਬਾਪ ਨਾਲ ਹੈ, ਕਿਸੇ ਨੂੰ ਮਤਲਬ ਉੱਦਾਂ ਕਿਸੇ ਕੁੜੀ ਜਾਂ ਮੁੰਡੇ ਨਾਲ ਪਿਆਰ ਹੈ, ਬਟ ਉਹੀ ਹੈ ਕਿ ਪਿਆਰ ਦੀ ਪਰਿਭਾਸ਼ਾ ਥੋੜ੍ਹੀ ਅਲੱਗ ਹੈ, ਅਤੇ ਇਹਦੇ 'ਚ ਪਰਿਭਾਸ਼ਾ ਕਹਿ ਲਓ ਮੇਰੇ ਰੰਗ ਹੈ, ਮੇਰੀ ਕਲਾ ਹੈ ਬਸ। ਮਤਲਬ ਇੱਥੇ ਮਟੀਰੀਅਲਿਸਟਿਕ ਚੀਜ਼ਾਂ ਦੇ ਵਿੱਚ ਇੰਟਰਸਟ ਨਹੀਂ ਹੈਗਾ, ਪਿਆਰ ਨਹੀਂ ਹੈ ਉਹਨਾਂ ਨਾਲ, ਇੱਕ ਕੁਦਰਤੀ ਚੀਜ਼ਾਂ ਦੇ ਨਾਲ ਪਿਆਰ ਹੈ। ਸੋ ਬਹੁਤ ਅੱਛਾ ਕੈਰੈਕਟਰ ਤੁਹਾਡਾ ਜਿਹੜਾ ਹੈ, ਉਹ ਪੋਰਟਰੇ ਵੀ ਤੁਸੀਂ ਬਹੁਤ ਅੱਛਾ ਕੀਤਾ। ਸੋ ਆਕ੍ਰਿਤੀ, ਤੁਹਾਡੇ ਤੋਂ ਮੈਂ ਇੱਕ ਵਾਰੀ ਫਿਰ ਤੋਂ ਪੁੱਛਣਾ ਚਾਹਾਂਗਾ, ਲੜਕੀਆਂ ਦੇ ਸਟਰਗਲ ਬਾਰੇ ਸਪੈਸ਼ਲੀ ਗੱਲ ਕੀਤੀ ਹੈ, ਸੋ ਉਹ ਮੈਂ ਜ਼ਿਆਦਾ ਸਪੋਇਲਰਸ ਨਹੀਂ ਦਊਂਗਾ ਜਿਹੜੇ ਦਰਸ਼ਕਾਂ ਨੇ ਜਾ ਕੇ ਫਿਲਮ ਦੇਖਣੀ ਹੈ, ਬਟ ਇਹ ਜ਼ਰੂਰ ਕਹੂੰਗਾ ਕਿ ਜਦੋਂ ਇੰਟਰਵਲ ਹੁੰਦਾ ਉਦੋਂ ਬੜੇ ਤੁਸੀਂ ਮਤਲਬ ਇੱਕਦਮ ਇੱਦਾਂ ਸੁੰਨ ਹੋ ਜਾਓਗੇ ਦੇਖ ਕੇ, ਹੈ ਨਾ ਸਭ ਕੁਝ, ਸੋ ਮੈਂ ਸੀਨ ਨਹੀਂ ਦੱਸੂੰਗਾ, ਬਟ ਤੁਸੀਂ ਖੁਦ ਕਿੰਨਾ ਰਿਲੇਟ ਕਰ ਪਾਏ ਜਾਂ ਤੁਸੀਂ ਬਹੁਤ ਸਾਰੀ ਆਲੇ ਦੁਆਲੇ ਗੱਲਾਂ ਸੁਣੀਆਂ ਹੋਣਗੀਆਂ ਕਿ ਲੜਕੀਆਂ ਨਾਲ ਇਹ ਸਭ ਕੁਝ ਹੁੰਦਾ, ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ, ਤੁਹਾਡੀ ਓਪੀਨੀਅਨ? ਇਹਦੇ ਵਿੱਚ ਜਿਵੇਂ ਅਸੀਂ ਦਿਖਾਇਆ ਹੈ ਕਿ ਇੱਕ ਕੁੜੀ ਨੂੰ ਫਿਲਮ ਨਹੀਂ ਮਿਲ ਰਹੀ ਹੈ, ਹੈ ਨਾ, ਉਹਨੂੰ ਕਹਿ ਰਹੇ ਕਿ ਤੈਨੂੰ ਬਿਕੋਜ਼ ਉਹਦਾ ਰੰਗ ਕਾਲਾ ਆ, ਹੈ ਨਾ, ਅਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਸਿਰਫ ਫਿਲਮ ਇੰਡਸਟਰੀ 'ਚ ਨਹੀਂ, ਇਹ ਸੋਸਾਇਟੀ ਦੇ ਵਿੱਚ ਵੀ ਕੁੜੀਆਂ ਨੂੰ ਬਹੁਤ ਫੇਸ ਕਰਨੀ ਪੈਂਦੀ ਹੈ। ਮੈਂ ਜਦੋਂ ਇਸ ਇੰਡਸਟਰੀ 'ਚ ਆਈ ਸੀ, ਐਸ ਸੱਚ ਮੈਨੂੰ ਕਾਸਟਿੰਗ ਡਾਇਰੈਕਟਰ ਜਾਂ ਡਾਇਰੈਕਟਰ ਇੱਦਾਂ ਮਤਲਬ ਇਹੋ ਜਿਹਾ ਕੁਛ ਨਹੀਂ ਹੋਇਆ, ਪਰ ਰੀਅਲ ਲਾਈਫ 'ਚ ਲੋਕ ਜਿਵੇਂ ਤੁਸੀਂ ਕਹਿੰਦੇ ਹੋ ਨਾ ਕਿ ਕੋਈ ਨੁਕਸ ਕੱਢਦੇ ਰਹਿੰਦੇ ਲੋਕ, ਹੈ ਨਾ, ਅਤੇ ਲੁਕਸ ਨੂੰ ਲੈ ਕੇ ਉਹਨਾਂ ਨੂੰ ਮਤਲਬ ਕਿ ਇਹ ਬਹੁਤ ਪਤਲੀ ਆ ਜਾਂ ਇਹ ਇੱਦਾਂ ਆ, ਇਹ ਉੱਦਾਂ ਆ, ਇਹ ਸਭ ਚੱਲਦਾ ਰਹਿੰਦਾ ਆ, ਇਹ ਤਾਂ ਮਤਲਬ ਖਤਮ ਨਹੀਂ ਹੁੰਦਾ। ਮਤਲਬ ਪਤਾ ਤਾਂ ਉਦੋਂ ਚੱਲਦਾ ਨਾ ਜਦੋਂ ਕੈਮਰੇ 'ਤੇ ਬੰਦਾ ਪਰਫੋਰਮ ਕਰੇਗਾ। ਵੈਲ ਇਹ ਤਾਂ ਚਲੋ ਇੱਕ ਸ਼ੋਅ ਬਿਜ਼ਨਸ ਹੈਗਾ, ਹੋਰ ਵੀ ਜਗ੍ਹਾ ਦੇ ਉੱਤੇ ਇਹ ਚੀਜ਼ਾਂ ਹੁੰਦੀਆਂ। ਔਰ ਦੂਸਰੀ ਜਿਵੇਂ ਤੁਸੀਂ ਗੱਲ ਕੀਤੀ ਕਿ ਕੰਪਰੋਮਾਈਜ਼ ਕਰਨ ਦੇ ਲਈ ਲੜਕੀਆਂ ਨੂੰ ਹਰ ਜਗ੍ਹਾ ਦੇ ਉੱਤੇ, ਚਾਹੇ ਕਾਰਪੋਰੇਟ ਹੈ ਜਾਂ ਕਿਤੇ ਵੀ, ਅਸੀਂ ਆਪਣੇ ਆਲੇ ਦੁਆਲੇ ਚੀਜ਼ ਬਹੁਤ ਜ਼ਿਆਦਾ ਸੁਣਦੇ ਹਾਂ। ਦਿੱਕਤ ਇਹ ਹੈ ਕਿ ਗੱਲ ਹਰ ਕੋਈ ਕਰਦਾ ਪਰ ਹਰ ਜਗ੍ਹਾ ਦੇ ਉੱਤੇ ਇਹ ਚੀਜ਼ ਫੇਸ ਵੀ ਕਰਨ ਨੂੰ ਮਿਲਦੀ ਹੈ। ਸੋ ਇਸ ਤਰੀਕੇ ਦੇ ਨਾਲ ਤਾਂ ਧੀਆਂ ਭੈਣਾਂ ਜਿਹੜੀਆਂ ਕੁਛ ਹਿੰਮਤ ਹੀ ਨਹੀਂ ਕਰ ਪਾਉਣਗੀਆਂ ਕਿ ਉਹ ਬਾਹਰ ਨਿਕਲ ਕੇ ਕੁਛ ਕਰਨ। ਤੁਸੀਂ ਕੀ ਕਹੋਗੇ ਭਾਅ ਜੀ ਇਸ ਬਾਰੇ? ਤੁਸੀਂ ਬਿਲਕੁਲ ਸਹੀ ਕਿਹਾ, ਬਟ ਕਹਿ ਸਕਦੇ ਹਾਂ ਕਿ ਹੁਣ ਨਾ ਸਿਨੇਮਾ ਕਾਫੀ ਅੱਗੇ ਹੋ ਗਿਆ, ਤੁਸੀਂ ਹਿੰਦੀ ਜਾਂ ਪੰਜਾਬੀ 'ਚ ਵੀ ਕੁਛ ਇੱਦਾਂ ਦੀਆਂ ਫਿਲਮਾਂ ਆ ਰਹੀਆਂ ਜਾ ਚੁੱਕੀਆਂ ਜਿਨ੍ਹਾਂ 'ਚ ਮਤਲਬ ਕੁੜੀਆਂ ਦਾ ਦਿਖਾਇਆ ਗਿਆ ਇਹ ਚੀਜ਼ਾਂ, ਹੈ ਨਾ, ਅਤੇ ਚੀਜ਼ਾਂ ਓਬਵੀਅਸਲੀ ਨਈ ਚੀਜ਼ਾਂ ਹੋਣੀਆਂ ਚਾਹੀਦੀਆਂ, ਪਰ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਚੀਜ਼ਾਂ ਨੂੰ ਇਗਨੋਰ ਕਰਿਆ ਜਾ ਰਿਹਾ, ਹੈ ਨਾ। ਬਟ ਚਲੋ ਹੌਲੀ ਹੌਲੀ ਲੋਕ ਇਸ ਮੁੱਦੇ ਬਾਰੇ ਫਿਲਮਾਂ ਜਾਂ ਵੈਬਸਾਈਟ ਬਣਾਉਣਾ ਸ਼ੁਰੂ ਹੋ ਗਿਆ, ਹੈ ਨਾ, ਉਹ ਇੱਕ ਆਪਣੀ ਇੰਡਸਟਰੀ ਲਈ ਵਧੀਆ ਚੀਜ਼ ਹੈ, ਤਾਂ ਕਿ ਲੋਕ ਘੱਟੋ ਘੱਟ ਅਵੇਅਰ ਤਾਂ ਹੋਣ ਵੀ ਹਾਂ ਕਿ ਉਹਨਾਂ ਨੂੰ ਮਤਲਬ ਹਰ ਇੰਡਸਟਰੀ 'ਚ ਕੁੜੀਆਂ ਨੂੰ ਮਤਲਬ ਕਿੰਨੀ ਡਿਫੀਕਲਟੀਜ਼ ਹੁੰਦੀ ਹੈ ਜਾਂ ਕਿੰਨਾ ਸਟਰਗਲ ਕਰਨਾ ਪੈਂਦਾ। ਰਾਈਟ। ਸੋ ਇਸ ਤੋਂ ਇਲਾਵਾ ਹੁਣ ਗੱਲ ਕਰਾਂਗੇ ਕਿ ਫਿਲਮ ਥੋੜ੍ਹੀ ਵੱਖਰੇ ਵਿਸ਼ੇ ਦੇ ਉੱਤੇ ਹੈ, ਤੁਸੀਂ ਡੈਬਿਊ ਕਰ ਰਹੇ ਹੋ, ਤੁਸੀਂ ਡੈਬਿਊ ਕਰ ਰਹੇ ਇਫ ਆਈ ਐਮ ਨੋਟ ਰੋਂਗ, ਸੋ ਅਤੇ ਜਦੋਂ ਇੱਕ ਇੱਦਾਂ ਦਾ ਕ੍ਰਿਟੀਕਲ ਸਬਜੈਕਟ ਲੈ ਕੇ ਆਉਂਦੇ ਹਾਂ ਅਸੀਂ, ਉੱਤੋਂ ਦੀ ਡੈਬਿਊ ਵੀ ਕਰ ਰਹੇ ਹੁੰਦੇ ਹੋ, ਇੱਕ ਇਨਸਿਕਿਉਰਿਟੀ ਸਮ ਟਾਈਮ ਆਉਂਦੀ ਹੈ, ਇੱਕ ਇਟ ਕਾਇੰਡ ਆਫ ਐਨ ਐਗਜ਼ਾਮੀਨੇਸ਼ਨ ਕਿ ਯਾਰ ਪਤਾ ਨਹੀਂ ਕੀ ਹੋਣਾ। ਸੋ ਇੱਦਾਂ ਦਾ ਕੁਛ ਨਹੀਂ, ਪਤਾ ਕੀ ਹੁੰਦਾ, ਇਨਸਿਕਿਉਰਿਟੀ ਮੈਨੂੰ ਨਹੀਂ ਲੱਗਦਾ ਕਿ ਹਰ ਇੱਕ ਬੰਦੇ ਨੂੰ ਹੁੰਦੀ ਹੈ, ਚਾਹੇ ਉਹ ਕੋਈ ਵੀ ਸਬਜੈਕਟ ਲੈ ਕੇ ਆਵੇ, ਹੈ ਨਾ, ਅਤੇ ਇੱਦਾਂ ਫਿਲਮ ਚਲਾਉਣੀ ਇੰਨੀ ਆਸਾਨ ਨਹੀਂ ਹੈ ਨਾ ਕਿ ਲੋਕਾਂ ਤੱਕ ਪਹੁੰਚਾਉਣੀ ਜਾਂ ਉਹਨਾਂ ਨੂੰ ਪਸੰਦ ਕਰਵਾਉਣੀ, ਕੋਈ ਮਤਲਬ ਕਹਿੰਦੇ ਨਹੀਂ ਹੁੰਦੇ ਖਾਲਾ ਜੀ ਦਾ ਵਾੜਾ ਨਹੀਂ ਹੈ, ਹੈ ਨਾ, ਅਤੇ ਅਸੀਂ ਚਲੋ ਆਪਾਂ ਇਹ ਨਹੀਂ ਕਹਿੰਦੇ, ਅਸੀਂ ਵੀ ਵੱਖਰਾ ਬਣਾਉਣ ਦੀ ਕੋਸ਼ਿਸ਼ ਕੀਤੀ, ਅਸੀਂ ਆਰਟ ਰਿਲੇਟਡ ਫਸਟ ਟਾਈਮ ਸ਼ਾਇਦ ਕੋਈ ਪੰਜਾਬੀ ਫਿਲਮ ਆਈ ਹੈ, ਹੈ ਨਾ, ਪਰ ਨੋ ਡਾਊਟ ਆਪਾਂ ਉਸ ਚੀਜ਼ 'ਤੇ ਕੰਮ ਕੀਤਾ ਜਾਂ ਅਸੀਂ ਸੋਚ ਰਹੇ ਸੀ ਕਿ ਇੱਦਾਂ ਦਾ ਬਣਾਵਾਂਗੇ, ਪਰ ਚਲੋ ਹੁਣ ਕੋਸ਼ਿਸ਼ ਕੀਤੀ ਹੈ, ਸਾਨੂੰ ਉਮੀਦ ਹੈ ਕਿ ਬਸ ਦਰਸ਼ਕਾਂ ਨੂੰ ਪਸੰਦ ਆ ਜਾਵੇ, ਹੈ ਨਾ, ਉਹ ਚੀਜ਼ ਆ। ਤੁਸੀਂ ਅਸੀਂ ਵੇਟ ਕਰ ਰਹੇ ਹਾਂ ਕਿ ਸਾਰੇ ਦੇਖਣ ਅਤੇ ਸਾਨੂੰ ਫੀਡਬੈਕ ਮਿਲੇ ਇਹਦੇ ਬਾਰੇ, ਬਿਕੋਜ਼ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਇਸ ਦੇ ਉੱਤੇ, ਅਤੇ ਹਾਂ। ਸੋ ਗੁਰਪ੍ਰੀਤ ਤੋਦੀ ਭਾਅ ਜੀ ਸਾਡੇ ਨਾਲ ਨੇ, ਭਾਅ ਜੀ ਬਹੁਤ ਵਧੀਆ ਐਕਟ ਲੱਗਿਆ ਤੁਹਾਡਾ, ਔਰ ਤੁਸੀਂ ਹਮੇਸ਼ਾ ਵਧੀਆ ਕਰਦੇ ਹੋ, ਬਟ ਜਿਸ ਇਸ ਸਾਈਡ ਆਓ ਤੁਸੀਂ ਵੀ। ਸੋ ਤੋਦੀ ਸਾਹਿਬ ਜਿਹੜੇ ਨੇ ਨਾ, ਅਤੇ ਉਹ ਇਹ ਕਹਿ ਲਓ ਕਿ ਇਹਨਾਂ ਦੇ ਕੋਲੋਂ ਸਿੱਖਣ ਨੂੰ ਬੜਾ ਕੁਛ ਮਿਲਦਾ, ਇਹਨਾਂ ਨੂੰ ਲੋੜ ਨਹੀਂ ਹੁੰਦੀ ਕਿ ਇਹਨਾਂ ਨੂੰ ਕੋਈ ਐਕਸ਼ਨ ਕਹੇ, ਹਰ ਟਾਈਮ ਫੋਰਮ ਦੇ ਵਿੱਚ ਰਹਿੰਦੇ ਨੇ। ਮੈਂ ਕਿਹਾ ਹੁਣ ਸ਼ੇਖਰ ਨੂੰ ਦਿਖਾ ਦਾ, ਮੈਂ ਵੀ ਤੇਰੇ ਪਿੱਛੇ ਖੜਾ। ਅਤੇ ਸੋ ਭਾਅ ਜੀ ਨੇ ਤਾਂ ਆਪਾਂ ਇੱਕ ਵਾਰੀ ਇੰਟਰਵਿਊ ਕੀਤਾ ਸੀਗਾ, ਉਦੋਂ ਹੀ ਬਹੁਤ ਜ਼ਿਆਦਾ ਐਕਸਾਈਟਡ ਸੀਗੇ ਪੇਂਟਰ ਫਿਲਮ ਦੇ ਲਈ, ਹੈ ਨਾ, ਉਦੋਂ ਮੈਨੂੰ ਇਹਨਾਂ ਨੇ ਦੱਸਿਆ ਸੀ ਕਿ ਇੱਕ ਫਿਲਮ ਬਣ ਰਹੀ ਹੈ ਜੋ ਲੋਕ ਸਰਪ੍ਰਾਈਜ਼ ਹੋ ਜਾਣਗੇ ਦੇਖ ਕੇ, ਐਂਡ ਸੀਰੀਅਸਲੀ ਆਈ ਰੀਅਲੀ ਐਪਰੀਸ਼ੀਏਟ ਕਿ ਤੁਹਾਡੇ ਵਰਡਸ ਜਿਹੜੇ ਸੀਗੇ ਉਹ ਟਰੂ ਸੀ, ਅੱਜ ਮੈਂ ਫਿਲਮ ਦੇਖੀ ਹੈ। ਸੋ ਕਿਵੇਂ ਫੀਲ ਕਰ ਰਹੇ? ਫੀਲ ਤਾਂ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਕੋਈ ਵੀ ਤੁਹਾਡਾ ਕੰਮ ਕੀਤਾ ਜਦੋਂ ਪਰਦੇ 'ਤੇ ਆ ਜਾਏ, ਸਭ ਤੋਂ ਵੱਡੀ ਗੱਲ ਇਹ ਹੁੰਦੀ ਆ, ਅਤੇ ਉਹ ਸਾਡੇ ਲਈ ਮਾਣ ਵਾਲੀ ਗੱਲ ਹੁੰਦੀ,
वो एक्चुअल च मैं तो कहना हूं मेरे पकौड़े खा खा के पेंटर बनया हो ते बाकी चलो पब्लिक तो आ कि हम जिन्ने लोगों ने देखी है बहुत पसंद कर रहे हैं बाकी मैं गुजारिश करा बाकी लोगों भी कि जोड़े रह गए हैं वो भी जरूर जान थिएटर से फिल्म देख इंजॉय कर। अच्छा भाजी एक चीज़ पूछनी थोड़ा जो स्टार्टिंग वाला जो सीन से ना तो किन्ने बंद ने मिल के हेयर स्टाइल बनाया से मेरे ख्याल से मेरा हेयर स्टाइल नेरी ने बनाया ਉਹ 21 ਸੀ ਉਹ ਮੇਰੇ ਮੇਰੇ ਬਾਲ ਹੀ ਜਦ ਜਦੋਂ ਮਰ ਕੇ ਕਰਦੇ ਸੈੱਟ ਹੋ ਜਾਂਦੇ ਸੀ ਉਹ ਸੈੱਟ ਨਹੀਂ ਸੀ ਉਹ ਸੈੱਟ ਨਹੀਂ ਸੀ ਮਤਲਬ ਇੱਕ ਜਿਹੜਾ ਕਵੀ ਦੇ ਵਾਲ ਹੁੰਦੇ ਨੇ ਨਾ ਮਤਲਬ ਉਹਦੇ ਤਾਂ ਬਹੁਤ ਬੜਾ ਕੁਛ ਦੇਖਿਆ ਹੁੰਦਾ ਤੇ ਪਰ ਇੱਕ ਐਕਟਰ ਨੇ ਤਾਂ ਤਿਆਰ ਹੋਣਾ ਨਾ ਸੈੱਟ ਦੇ ਲਈ ਤੇ ਉਹ ਬਾਲ ਮੇਕ ਮਤਲਬ ਕਾਫੀ ਲੋਕਾਂ ਨੇ ਮਿਲ ਕੇ ਉਹ ਮਤਲਬ ਨੇਰੀ ਨੇ ਲਿਆਂਦੇ ਇਹ ਨਾ ਇਹਨਾਂ ਦਾ ਅਸਰ ਹੈ ਦੇਖੋ ਇਹਨਾਂ ਦਾ ਅਸਰ ਹੈ ਮੈਨੂੰ ਵੀ ਦੇਖੋ ਪੰਚ ਆਉਣ ਲੱਗ ਗਏ ओके भाजी सो मैं गल कर रहा सीगा कि बहुत डिफरेंट सिनेमा हैगा और सारे ने गल की मैं उन्होंने ये भी पूछा मैं क्या इनसिक्योरिटी तो नहीं आती सी तो वह कहते कि नहीं एक सब्जेक्ट लेके आए हैं। अच्छा मैं ये चीज़ कह सकता कि एपरीशिएट डेफिनेटली होएगा है ना तुम इदा के कई विषयों के उत्ते काम करते रहे हो क्योंकि तुम हिंदी फिल्मों के भी काम किया पंजाबी दे भी सो इस विषय के बारे थोड़े वर्ड्स में की कहना चाहोगे दर्शक मैं सब तो पहला गल यही सी एक छुपया हुआ जो विषय है ਜਿਹੜਾ ਮਤਲਬ ਤਾਜ ਭਾਜੀ ਦੇ ਕਿਉਂਕਿ ਉਹਨਾਂ ਦਾ ਤਾਜ ਉਹਨਾਂ ਦਾ ਨਾਮ ਜ਼ਹਿਨ ਦੇ ਵਿੱਚ ਉਹਨਾਂ ਦੇ ਭਾਰੀ ਸ਼ਾਹ ਉਹਨਾਂ ਦੇ ਜ਼ਹਿਨ ਦੇ ਵਿੱਚ ਜਿਹੜੀ ਚੀਜ਼ ਆਈ ਹੈ ਕਿ ਇੱਕ ਪੇਂਟਰ ਦੇ ਨਾਮ 'ਤੇ ਮਤਲਬ ਫਿਲਮ ਕੀਤੀ ਜਾਵੇ ਤਾਂ ਇਹ ਬਹੁਤ ਵੱਡੀ ਗੱਲ ਆ ਪੇਂਟਰ ਤਾਂ ਇੱਕ ਆਪਣੇ ਆਪ 'ਚ ਹੀ ਵੱਡੀ ਗੱਲ ਆ ਚਿੱਤਰਕਾਰ ਹੋਣਾ ਇੱਕ ਬਹੁਤ ਵੱਡੀ ਗੱਲ ਆ ਇੱਕ ਚਿੱਤਰਕਾਰ ਹੁੰਦਾ ਫਿਰ ਜਿਹੜੇ ਇੱਕ ਡਾਇਰੈਕਟਰ ਹੁੰਦਾ ਉਹ ਵੀ ਇੱਕ ਚਿੱਤਰਕਾਰ ਹੀ ਹੁੰਦਾ ਕਿਉਂਕਿ ਉਹ ਚੀਜ਼ ਨੇ ਉਹਨੇ ਪਰਦੇ 'ਤੇ ਲਿਆਉਣਾ ਹੁੰਦਾ ਅਤੇ ਉਹਨਾਂ ਨੇ ਇੱਕ ਕਹਾਣੀ ਲਿਖੀ ਉਹਦੇ ਵਾਸਤੇ ਉਹਨਾਂ ਨੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇੱਕ ਜਿਹੜਾ ਪੇਂਟਰ ਲੱਗਣਾ ਚਾਹੀਦਾ ਬੰਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹ ਜਿਹੜਾ ਪੇਂਟਰ ਹੋਵੇ ਉਹ ਇਹ ਨਹੀਂ ਗਾ ਕਿ ਇੱਕ ਮਤਲਬ ਜਿਹੜੇ ਸਾਡੇ ਆਪਣੇ ਚੱਲ ਰਹੇ ਹੀਰੋ ਨੇ ਹੈ ਨਾ ਚਲੋ ਲੱਗਣ ਨੂੰ ਤਾਂ ਉਹ ਵੀ ਲੱਗ ਸਕਦੇ ਨੇ ਪਰ ਇੱਕ ਫਰੈਸ਼ ਜਿਹੜੀ ਚੀਜ਼ ਆ ਕਿ ਲੱਗੇ ਕਿ ਹਾਂ ਆਹ ਪੇਂਟਰ ਹੋਊਗਾ ਲੱਗੇ ਕਿ ਜਿਹੜੀ ਆਪਣਾ ਕੁੜੀ ਅਕ੍ਰਿਤੀ ਨੇ ਕਰੈਕਟਰ ਕੀਤਾ ਕਿੰਨਾ ਵਧੀਆ ਲੱਗ ਰਿਹਾ ਉਹ ਕਿ ਉਹ ਕਰੈਕਟਰ ਲੱਗਣੇ ਚਾਹੀਦੇ ਇਸ ਕਰਕੇ ਇਹਨਾਂ ਨੂੰ ਮਤਲਬ ਬਾਈ ਜੀ ਹੋਣਾ ਨੂੰ ਇਹਨਾਂ ਦੇ ਹਿੱਸੇ ਹੀ ਆਇਆ ਅਤੇ ਮੈਂ ਤਾਂ ਜਿਹੋ ਜਿਹੇ ਚਾਹੇ ਮੈਂ ਪਕੌੜੇ ਵਾਲਾ ਬਣਾ ਦਿਓ ਚਾਹੇ ਚਾਹ ਵਾਲਾ ਬਣਾ ਦਿਓ ਆਪਾਂ ਉਹੋ ਜਿਹੇ ਲੱਗ ਜਾਵਾਂਗੇ ਕਿਆ ਬਾਤ ਅੱਛਾ ਜਿਹੜੇ ਪਕੌੜੇ ਖਵਾਦੇ ਵੀ ਜਾਂ ਸਿਰਫ ਲੈ ਕੇ ਆਉਂਦੇ ਸੀ ਅਤੇ ਫਿਰ ਲੈ ਜਾਂਦੇ ਸੀ ਸੀਨ ਜਿੱਦਾਂ ਕੱਟ ਬੋਲਿਆ ਡਾਇਰੈਕਟਰ ਸਾਹਿਬ ਨੇ ਪਕੌੜੇ ਚੱਕ ਕੇ ਵਾਪਸ ਇਹ ਗੱਲ ਸੱਚੀ ਉਹ ਪਕੌੜੇ ਸਵੇਰ ਤੋਂ ਸ਼ਾਮ ਤੱਕ ਉਹੀ ਪਕੌੜੇ ਚੱਲਦੇ ਸੀ ਵੈਸੇ ਕਿਤੇ ਦੇਖਿਆ ਨਹੀਂ ਹੈਗਾ ਕਿ ਕਿਤੇ ਖਾਇਆ ਹੋਵੇ ਪਕੌੜਾ ਉਹ ਪਲੇਟ ਲੈ ਕੇ ਆਉਂਦੇ ਸੀ ਸੀਨ ਉੱਧਰੋਂ ਕੱਟ ਹੋਇਆ ਪਲੇਟ ਵਾਪਸ ਤਾਂ ਚਾਹ ਵੀ ਨਹੀਂ ਹੈ ਚਾਹ ਵੀ ਗਲਾਸ ਹੀ ਦਿਖਦਾ ਸੀ ਆ ਗਈ ਹੈ ਚਲੀ ਗਈ ਹੈ ਉਹ ਬੇਸਿਕਲੀ ਉਹ ਪਕੌੜੇ ਨਾ ਮੈਨੂੰ ਪ੍ਰੋਡਿਊਸਰ ਨੇ ਮੇਰੇ ਕੰਨ 'ਚ ਫੂਕ ਮਾਰੀ ਹੋਈ ਸੀਗੀ ਅੱਛਾ ਕਿ ਧਿਆਨ ਰੱਖੀ ਪਕੌੜੇ ਆਈ ਹਾਂ ਪਕੌੜੇ ਅਤੇ ਉਹ ਫਿਰ ਜਿੰਨੇ ਕੁ ਮੈਂ ਵੰਡ ਸਕਿਆ ਵੰਡੇ ਆ ਜੀ ਕਿਆ ਬਾਤ ਹੈ ਅੱਛਾ ਤੁਹਾਡੇ ਤੋਂ ਪੁੱਛਾਂਗਾ ਕਿਉਂਕਿ ਹੁਣ ਭਾਅ ਜੀ ਆਏ ਨੇ ਤਾਂ ਥੋੜ੍ਹੀ ਜਿਹੀ ਹਾਸੀ ਵਾਲੀਆਂ ਗੱਲਾਂ ਹੋ ਰਹੀਆਂ ਨੇ ਥੋੜ੍ਹਾ ਫਨ ਵੀ ਚਾਹੀਦਾ ਅਤੇ ਫਨ ਹੈਗਾ ਫਿਲਮ ਦੇ ਵਿੱਚ ਵੀ ਕਾਮੇਡੀ ਪੰਚਸ ਨੇ ਠੀਕ ਹੈ ਅਤੇ ਮੈਮ ਤੁਸੀਂ ਦੱਸੋ ਕਿ ਤੁਹਾਡੇ ਨਾਲ ਜਦੋਂ ਸੀਰੀਅਸ ਸੀਨਸ ਕਰ ਰਹੇ ਸੀਗੇ ਉਦੋਂ ਕੁਝ ਮਜ਼ਾਕ ਹੋਇਆ ਹੋਵੇ ਮੇਰੇ ਨਾਲ ਮੇਰੇ ਮੈਂ ਤਾਂ ਸੁੱਖ ਦੇ ਨਾਲ ਬਹੁਤ ਹੱਸੀ ਹਾਂ ਮੇਰੇ ਇਹਨਾਂ ਦੇ ਨਾਲ ਮੇਰਾ ਸੀਨ ਨਹੀਂ ਆ ਮੈਂ ਤਾਂ ਨਹੀਂ ਹਾਂ ਮੇਰੇ ਪਕੌੜੇ ਨੂੰ ਰਹਿ ਗਏ ਅਜੇ ਪਕੌੜੇ ਹਾਂ ਮੇਰੇ ਜਿਹੜੇ ਪਕੌੜੇ ਨਾ ਹਿੱਸੇ ਜਿਹੜੇ ਰੱਖੇ ਸੀਗੇ ਉਹ ਰਹਿ ਗਏ ਉਹ ਹੁਣ ਮੈਂ ਤਾਜ ਭਾਈ ਨੂੰ ਕਹੂੰਗਾ ਪੇਂਟਰ 2 ਬਣਾਓ ਫਿਰ ਉਹਦੇ 'ਚ ਖਵਾਉਂਗਾ ਮੈਂ ਇਸ ਗੱਲ ਦਾ ਮੈਨੂੰ ਬਹੁਤ ਪਕੌੜੇ ਤੁਹਾਨੂੰ ਨਹੀਂ ਮਿਲੇ ਖਾਣ ਨੂੰ ਤਾਂ ਵੀ ਨਹੀਂ ਮਿਲਦੇ ਸੀ ਦੇਖਣ ਨਹੀਂ ਮਿਲੇ ਉਹ ਸਵੇਰ ਤੇ ਸ਼ਾਮ ਤੱਕ ਚੱਲਦੇ ਸੀ ਉਹ ਵੈਸੇ ਵੀ ਦੇਖਣ ਲਈ ਉਹ ਮਿਲਦੇ ਸੀ ਉਹ ਖਾਣ ਲਈ ਨਹੀਂ ਸੀਗੇ ਹਾਂ ਪਰ ਮਤਲਬ ਮੈਂ ਸੁੱਖ ਨਾਲ ਮੇਰਾ ਇੱਕ ਤੁਸੀਂ ਦੇਖਿਆ ਹੋਣਾ ਰਾਜਾ ਰਾਣੀ ਸੌਂਗ ਦੇ ਵਿੱਚ ਅਸੀਂ ਮਤਲਬ ਬ੍ਰਿਜ ਤੋਂ ਜਾ ਰਹੇ ਹਾਂ ਮੈਂ ਔਰ ਸੁੱਖ ਸਾਡਾ ਸਿਰਫ ਇੰਨਾ ਕੁ ਸੀਗਾ ਕਿ ਅਸੀਂ ਬ੍ਰਿਜ ਕ੍ਰੋਸ ਕਰਨਾ ਹੈ ਉਹਨਾਂ ਨੇ ਮੈਨੂੰ ਇੱਕ ਸੈਕਿੰਡ ਵੀ ਮਤਲਬ ਐਕਟਿੰਗ ਨਹੀਂ ਕਰਨ ਦਿੱਤੀ ਮੈਂ ਹੱਸਦੀ ਰਹੀ ਬਿਕੋਜ਼ ਉਹ ਅਸੀਂ ਬਹੁਤ ਸੀਰੀਅਸ ਵਾਕ ਕਰਨੀ ਸੀ ਨੋਰਮਲੀ ਇੱਦਾਂ ਹੱਥ ਫੜ ਕੇ ਪਰ ਉਹ ਸੀਰੀਅਸ ਫੇਸ ਬਣਾ ਕੇ ਨਹੀਂ ਫਨੀ ਗੱਲਾਂ ਬੋਲ ਰਹੇ ਸੀਗੇ ਨਾ ਮਤਲਬ ਕੁਛ ਵੀ ਬੋਲ ਰਹੇ ਸੀਗੇ ਮੈਨੂੰ ਹੱਸੀ ਆਈ ਜਾ ਰਹੀ ਹੈ ਤਾਜ ਸਰ ਨੇ ਲਿਟਰਲੀ ਕਿਹਾ ਕਿ ਇਹਨੂੰ ਚੁੱਪ ਕਰਾਓ ਮਤਲਬ ਇਹਦਾ ਮੂੰਹ ਬੰਦ ਕਰਾਓ ਕਿੰਨਾ ਹੱਸ ਰਹੀ ਹੈ ਉਹ ਬਹੁਤ ਜ਼ਿਆਦਾ ਫਨੀ ਸੀ ਮਤਲਬ ਸੁੱਖ ਦੇ ਨਾਲ ਮੈਂ ਬਹੁਤ ਹੱਸੀ ਹਾਂ ਉਹ ਨਿਕਲ ਗਿਆ ਸਾਰਾ ਉਹ ਸਾਡਾ ਭਰਾ ਹੈ ਹੀ ਇੱਦਾਂ ਦਾ ਉਹ ਨਾ ਜਿੱਥੇ ਜਾਂਦਾ ਮਾਹੌਲ ਬਣਾ ਕੇ ਰੱਖਦਾ ਉਹ ਸੁੱਖ ਬਾਈ ਯਾਰ ਮੈਂ ਤਾਂ ਉਹਨਾਂ ਦਾ ਉਹ ਸੀਨ ਦੇਖ ਕੇ ਮਤਲਬ ਬੜਾ ਖੁਸ਼ ਹੋ ਗਿਆ ਯਾਰ ਉਹ ਜਾ ਰਹੇ ਹੁੰਦੇ ਨੇ ਉਹ ਕੁੜੀ ਜਾਂਦੀ ਹੈ ਭੱਜ ਕੇ ਉੱਪਰ ਉਹ ਵਾਲੀ ਉਹ ਕਾਮੇਡੀ ਬਣ ਗਿਆ ਬੜਾ ਬੜਾ ਸਹੀ ਸੀ ਸੁੱਖ ਨੂੰ ਪਤਾ ਨਹੀਂ ਸੀ ਉਹ ਸੀਨ ਹੋਏਗਾ ਅੱਛਾ ਤੇ ਉਹਨਾਂ ਦੀ ਤੁਸੀਂ ਨੈਚੁਰਲ ਦੇਖੋਗੇ ਰਿਐਕਸ਼ਨ ਨਹੀਂ ਜਦੋਂ ਇੱਕ ਬੜਾ ਆਬਵੀਅਸ ਰਿਐਕਸ਼ਨ ਆਇਆ ਵੈਲ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕਰਕੇ ਔਰ ਬਹੁਤ ਅੱਛੀ ਫਿਲਮ ਹੈ ਸੋ ਮੈਂ ਦਰਸ਼ਕਾਂ ਨੂੰ ਇਹੀ ਕਹਾਂਗਾ ਕਿ ਆਉਂਦਾ ਰਿਹਾ ਵੀ ਕੋਈ ਐਂ ਜੇ ਆ ਕੇ ਮੈਨੂੰ ਚਮੜੂ ਇਹ ਭਾਜੀ ਮੇਰੇ ਲਈ ਲਿਆਏ ਹੋ ਇਹ ਭਾਜੀ ਇਹ ਅੰਦਰ ਖਾਤੇ ਦੀਆਂ ਗੱਲਾਂ ਉਹ ਭਾਜੀ ਹੁਣ ਕੈਮਰੇ ਲਾ ਦੇ ਕੇ ਹੀ ਬਚਿਆ ਮੇਰੀ ਗੱਲ ਸੁਣੋ ਕੈਮਰੇ ਦੇ ਸਾਹਮਣੇ ਪੁੱਛ ਲਿਆ ਹੁਣ ਨਾ ਕਰਿਓ ਮੈਨੂੰ ਹੀ ਦੇ ਦਿਓ ਅੱਛਾ ਹਾਂਜੀ ਮੈਨੂੰ ਮਿਲਿਆ ਠੀਕ ਹੈ ਮੈਨੂੰ ਮਿਲਿਆ ਅਗਲੀ ਫਿਲਮ ਐਂਕਰ 'ਤੇ ਬਣਾ ਰਹੇ ਨੇ ਇਹ ਪੇਂਟਰ ਆਈ ਅਗਲੀ ਵਾਰ ਐਂਕਰ ਆਉਣੀ ਆ ਠੀਕ ਹੈ ਸੋ ਆਹ ਸਾਡੇ ਵੱਲੋਂ ਭਾਜੀ ਤੁਹਾਨੂੰ ਥੈਂਕ ਯੂ ਸੋ ਮਚ ਭਾਜੀ
ਸੋ ਇਹ ਸਾਡਾ ਹੈਗਾ ਹਰਸ਼ਾ ਜਵੈਲਰ, ਇਹ ਭਾਜੀ ਵੀ ਉਹਨਾਂ ਦਾ ਸਪੋਰਟ ਕਰ ਰਹੀ ਹੈ। ਅੱਛਾ ਇਹ ਮੈਂ ਅਸਲ 'ਚ ਮੈਂ ਜਾਂਦੇ ਹੋਏ ਦੇਣਾ ਤੁਹਾਨੂੰ ਇਹ ਲੱਡੂ ਹੈ ਭਾਜੀ। ਅੱਛਾ ਲੱਡੂ चलो मजाक हुंदा रहेगा, बट तुसी फटाफट की करना ना, टिकट्स लैनियां ने ते जाके पेंटर देखनी है और देखनी चाहीदी है। मैनूं ऐ लगदा कि सिर्फ एंटरटेनमेंट हसा मजाक ही नहीं हुंदा, तो एंटरटेनमेंट वो भी हुंदा जो तुसी एक सॉलिड कॉन्टेंट देखते हो। ये लाइन मेरी नहीं हैगी, ये फिल्म के विचों डायलॉग सुनया मैं। विच यू ऑल द बेस्ट। थैंक यू वीरे, थैंक यू सो मच। नहीं मैं कुछ नहीं। तो मुबारक तुहानू सारयां नू और रब करे इस तरीके दे नाल तरक्की करो, साडियां दुआवां ने। थैंक यू सो मच। सो पेंटर फिल्म दे प्रीमियर दे उत्ते हैगे आ। सो हुण मैं तुहानू एक तां हुंदा ना फिल्म दा डायरेक्टर, एक फिल्म दे विच डायरेक्टर हुंदा है, उहनां दे नाल मिलान चले डेविड सिंह भाजी, मैनूं तां हुण इह लग रहे हो कि तुसीं वाकई डायरेक्टर साहब हो। सो बहुत अच्छा, मैनूं देखो जरा, मैं मैनूं लै सकदे हो तुसीं फिल्म दे विच? बिल्कुल लै सकदे हो। ओके, तुसीं ना हुण नैक्सट फिल्म जिहड़ी हैगी है उह एंकर बनाओ, पेंटर आ गई हुण एंकर बनाओ। सो भाजी बहुत बहुत स्वागत है हमदर्द टीवी के उत्ते, और बहुत अमेजिंग कैरेक्टर मैं थोड़ा कैरेक्टर, तुसी भी काफ़ी बोल रहे थे फिल्म के विच, थोड़ा कैरेक्टर भी बोल रहा है। हाँ, थैंक यू सो मच सर। मैं तो क्रेडिट सारा डायरेक्टर को दिना हुना जी, डायरेक्टर ही करवाऊँगा जो थोड़े को करवाऊँगा। सो मतलब इट इज़ लाइक जिहड़े डायरेक्टर्स हुंदे ने ना, उन्हां दा कैरेक्टर इस तरीके नाल पोर्ट्रे किया जाता है कि उन्हां दे उत्ते रिस्पोंसिबिलिटी हुंदी है, एक्टर नूं भी दसना है उन्हां नूं, ये भी हुंदा कि फिल्म हिट जानी चाहिए है, ये हिट होना चाहिए है। सो वो सारा चीज़ तुसी बाखूबी उसनूं प्ले किया, और मैं हुण इदां ही इसे करके मैं तुहानूं इंट्रोड्यूस ही इदां कर रहा सी कि फिल्म दे विच वी इक डायरेक्टर। सो बहुत अच्छियां गल्लां जिहड़ियां उस तुहाडे कैरेक्टर दे नाल देखण समझण नूं मिलियां। सो एक वो साइड साडी इंडस्ट्री दी जिहड़ी कि खराब है, तो एक वो साइड जिहड़ी कि वाकई आर्ट नूं टैलेंट नूं समझदी है। पर यह भी सच्चाई है कि समटाइम जिहड़ी आर्ट फॉर्म वाली फिल्मां हुंदियां ने लोकी उन्हां नूं समझ नहीं पाते, टीवी दे उत्ते या बाद दे विच देख लैंदे ने, सिनेमा दे विच कई बार गैदर नहीं हो पाते। तुहाडा आर्टिस्ट दे तौर दे उत्ते इस गल नूं लैके की ओपीनियन? देखो सेम टाइम दोनों सिनेमा पैरल चल रहे हैं, शुरू तो अज तो नहीं, मैं बचपन तो ही देखता रहा, एक कमर्शियल सिनेमा एक नाल जिहनूं तुसीं आर्ट सिनेमा कह दिंदे आ, बट दोने बनने जरूरी ने क्योंकि ऑडियंस देखे ना देखे बट जिहड़े सिंसियर मेकर ने जी वो अपना काम नहीं छड्डदे हैगे। हुण शाम बैनेगल टाइप बंदे ने, उन्होंने अर्थ है ना, अर्थ फिल्म बनाई है अपनी, वो मैं सारी देखी हुई ने जी ऑलमोस्ट, कि जे कमर्शियल देखते हैं तो वो भी देखते हैं। साडा फर्ज है हर एक तरह का सिनेमा, सिनेमा मतलब कहानी है, एक कहानियाँ उन्होंने तुम ज आप कहने कि जॉनर तुम पसंद करते, मैं कहना सारी पसंद करता, उस कहानी होनी चाहिए है, चाहे वह कॉमेडी है, चाहे वह थ्रिल है, चाहे रोमांस है, फैमिली ड्रामा जो भी है, पर पिछे होंगी कहानी है, बाकी हमारा ट्रीटमेंट राइट। यस, सो मेरा करैक्टर भी इस तरह का सी, बड़ा पैशनेट जहाँ फिल्म मेकर फिल्म बना चाहता, तो वो ट्रेड का ही आप दस हो कि एक डायरैक्टर के प्रोड्यूसर का कि प्रैशर होंगे राइट। सो मैं ये चीज़ देख रहा कि जदों फिल्म घट तो किताबा ज़्यादा होया कर उदो बच्चों के पढ़ने लिए हास्य मजाक के लिए कॉमिक्स आया कर, तो उस तो चाचा चौधरी सब ने पढ़ी होगी, लोटबोट है ना, तो जदों असी कित एक सीरीयस गैदरिंग दे विच या फिर ये कह लिए कि जो असी अपने आप मैच्योर शो करते तो असी उन्होंने किताबों के नाम लेंदे सीगे कि जिहड़ियां कि साहित्य नाल जुड़ियां ने, जिन्हां दे विच डीप इमोशनस ने, नॉलेज हैगी है, सो उन्हां दी गल करते। बट जो सिनेमा की गल आती है उदों असी समटाइम ये जो एक पैरामीटर बनया उसनों छड़ के किसी होर पासे तुर पैंदे एंटरटेनमेंट के नाम के उत्ते। बट मैनूं ये लगता है कि सीखना अगर सीखण दा एक चंगा जरिया रह गया तो सिनेमा है अज के समय के, मेरी गल ना तुसीं कितना सहमत? बिल्कुल सही है, वो डायलॉग भी मेरा हैगा कि हसना हसाना ही एंटरटेनमेंट नहीं हैगा, कोई काम की गल कर लेनी, कोई समाज में किसी हसते, चलो वैसे हसते हसते भी तुसीं कोई सीध दे जानी, वो सिनेमा वो कहानी है जिहदे नाल तैनूं कोई समाज नूं किसी नूं भी उहदा भला होवे ते असीं कोई गल कम्म दी कर जाइए राइट। सो इहदे विच भी फिल्म दे विच भी कुछ ट्रेड बारे कुछ गल्लां, नवें टेलेंट नूं पता लगदा कि किस तरह दी मुश्किल आ सकदियां ने, इह भी दस्सिया जांदा कि किसी भी इंडस्ट्री च सारे जणे चंगे नहीं हुंदे ते सारे माड़े नहीं हुंदे हैगे जी। अच्छा, एक जिहड़ा इंडस्ट्री का स्ट्रगल दिखाया है, लड़की नूं लैके दिखाया, चलो लड़कियां नूं लैके तो हैगा ही है, लड़कियां नूं लैके भी है, तुसी भी काफ़ी लंबे पुराने समय तो थिएटर आर्टिस्ट रहे हो, दैन उस तो बाद फिल्मों के भी काम किया, म्यूजिक डायरैक्टर तौर पर काम किया। सो डेवी भाजी तुहाडी भी अपनी एक जर्नी है,
इस स्ट्रगल बारे या इस प्रॉब्लम्स बारे की कहना चाहोगे जो अच्छ चलो रब की मेहर बहुत अगे आ गए हो तुसी सो बहुत सारे आर्टिस्ट होर भी जिहड़े ने वो कई फेसिस तो निकलते हैं की कहना चाहो बट उस अकाल पुरख की कृपा नाल स्ट्रगल तो है मेरी बहुत लंबी बट कुछ इस तरह का फेस नहीं किया कि कोई किसी ने तू तड़क या कुछ उस लहजे ना गल की हो क्योंकि हौली हौली मैं बहुत सारे आर्टिस्ट हाँ जी करते हैं क्योंकि मेरी जर्नी कॉलेज तो ही मैं इस लाइन में जुड़ गया तो मेरिया जड़ा जड़िया है ने काफ़ी डीप ने जी तो मैं किसी आर्टिस्ट तो कदे भी इस तरह की खुशामदगी करवाई नहीं तो ना ही मैं कदे किसी की की है बट स्ट्रगल हैगी है और नवे जोड़ा है टेलेंट या कुछ आर्टिस्ट कह लो ज उन्होंने बहुत सारी मुश्किल आदियां ने वो इंडस्ट्री के बंद करके नहीं आदि कुछ आउटसाइडर मैं कहूँगा उन्होंने क्योंकि जो एक्चुअल पैशनेट बंदा डायरेक्टर है मेकर है एक्टर है सिंगर है कोई प्रोफेशनल होगा वो सिर्फ अपना जिमें इस फिल्म पेंटर है हाँ उन्होंने कुछ दुनिया ना कोई लैंड देन नहीं प्यार सिर्फ वो पेंटिंग है तो जो फिल्म मेकर ने जो उन्होंने फिल्म बना ही उन्होंने पैशन है जी ठीक है जी वो कुछ बंद ने आउटसाइडर ने जिन्हें करके कई बार इंडस्ट्री बदनाम भी हो जाती है अच्छा जिदा फिल्म के भी थोड़ा दिखाया गया कि जो वो गलत चीज़ करता है वो बस एवें सो कोल्ड प्रोड्यूसर या डायरेक्टर है बट जो प्रोफेशनल ने फिर वो एक मौका भी देंगे सही तरीके बिल्कुल बिल्कुल जी असं मैं खुद कल कैमरे के अगे नहीं कैमरे के पिछे बहुत काम किया जी तो बहुत सारे नवे आर्टिस्ट बड़े नाँ ने जिन्होंने हौली हौली उन्होंने कोशिश की उन्होंने अगे लेके आईए जी तो उन्होंने अच्छ बहुत व्डे नाँ भी ने नवे तो ही स्टार बने स्टार पहले दिन तो कोई भी नहीं होंगे है जी किसी भी स्टार का फस्ट स्टैप तो कोई होंगे होगा ना फस्ट एल्बम फस्ट गाँव फस्ट फिल्म कुछ ना कुछ सो मैं मोस्टली नवे ना ही काम किया है ओके क्या बात है जी सो डेवी भाजी मैं तो सवाल इसलिए पूछा क्योंकि तो एक लंबा तजर्बा इंडस्ट्री का और असं ये देखते कि कई लोग सुपने लैके आते हैं और डिसकरेज हो जाते हैं तो आपको की लगता है कि तुम उन्होंने की सलाह देना चाहोगे क्योंकि पेंटर एक आर्टिस्ट की फिल्म है इसलिए मैं चाहता कि जेडे भी कलाकार जेडे भी आर्टिस्ट किसी भी फील्ड के अगे आने की कोशिश कर रहे हो सो उन्होंने इस फिल्म तो की सीखने मिलता है जी अपने वालों की सलाह दें जो मेरा परसनल भीर है मैं तो सिर्फ हमेशा एको गल करना जिन्हें भी मेरे को नवे आर्टिस्ट भी आते हैं राइटर ने उन्होंने सिंगर ने एक्टर ने कि आर्ट होना तो बेसिक है वेरी बेसिक है कि थोड़े जो जेडे कल फील्ड तुम आना चाहते हो थोड़े को आर्ट है उस तो बाद दूजी जी मेन चीज़ चाहिए वो चाहिए पेशेंस जी कि अज किसी को नहीं हैगी हर एक बंदा रातों रात चाहता कि मैं आजमा लाइमलाइट बट वो पॉसीबल नहीं है हो सकता वो किसी लखा चो किसी एक बंदे ना हो जाए पर हर एक ते अप्लाई नहीं होता टाइम लगता पेशेंस मस्ट है मैं अपने आप में इतने जो फस्ट मैं कोई काम मिले तो मैं 15 साल की मेरी मेहनत सी जी उन्होंने तो स्ट्रगल कह लो या मेहनत कह लो या सीखने का प्रोसैस कह लो मैं हमेशा कहना हूँ आर्ट के नाल पेशेंस तीजी चीज़ बाद गलों ने सारिया जी क्या बात है सो ये फिल्म भी कितने ना कि मैसेज दें मैं हैरान सी इस गल तो कि ये प्यार लैके भी एक सुनेहा है इस दे विच एक स्ट्रगल नू लैके और जो लोग गलत जिहड़े गलत चीज़ां फैलांदे ने या गलत हरकतां करदे उन्हां बारे भी सुनेहा है उस तो बाद एक जिंदगी दा सच भी दिखाया गया कि जिंदगी किन्नी सिंपल एक्चुअली खुश रहना किन्ना आसान हो सकता है पर तुसी उसनू खुद किन्ना कॉम्प्लीकेटड बनाने हो सो एक फिल्म दे विच इन्ना कुछ दिखा देना वह भी एक वड्डी गल हुंदी है अगर मैं इतने नवे कलाकारां दी गल हो रही है मैं इतने महराज सिंह की गल करना चाहाँगा आकृति सहोता की गल करना चाहाँगा मेन लीड के उत्ते सीगे ईशा गुप्ता की गल करना चाहाँगा सो इन्होंने काम किया और बाखूबी काम किया सो इन कलाकारां बारे की कहना चाहोगे क्योंकि इन्होंने भी शुरुआत की पर एक सोहनी शुरुआत की बहुत सोहना कदम है जी बहुत सोहना और जिन्ना क जिनी उन्होंने उन्होंने प्रेशर सीगा उन्हें बखूबी निभाया जिस तरह जो पहले प्रोजेक्ट के तौर पर देखा जाए तो वधिया काम है जी इन्ना भी हो जाए मेरे ख्याल नाल मैं कहना बल्ले बल्ले क्योंकि हौली हौली हर एक बंदा कम करता 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 सीखता आप हिंदी के बहुत वड्डे वड्डे नाँ ने अपना उन्होंने स्टार मानते हैं अज वो निखरे हुए हैं तो उन्होंने जो तुम पहली फिल्म देखो शुरुआत वाली थोड़ा पता लग जाएगा डिफरेंस की है कैमरा तुम एवरी डे जो तुम कम करते हैं कैमरा फेस करते हो तुम खुलते जाने होर फ्रेंडली होंगे जाने फिर स्वाद लेने जी ठीक है जी वो टाइम लगता है बट जिस तरह इन्होंने पहले प्रोजेक्ट की गल करा तो बहुत सोहना काम किया उन्होंने जी सो बहुत बहुत धन्यवाद साढ़े नाल गल करन लई भाजी अंत दे विच दर्शकां नूं की कहना चाहेगा डेवी सिंह भाजी मैं यही कहूँगा कि कोई भी प्रोजेक्ट है कोई भी गाना उहदे पिछे बहुत सारी मेहनत लगी हुंदी है जी पैसा तो खैर इनवॉल्व हुंदा ही है मेहनत बहुत हुंदी है आर्टिस्ट दे उहदे डायरेक्टर प्रोड्यूसर दे एक आर्टिस्ट दे सुपने हुंदे ने तुसीं प्लीज़ देखो जरूर आके तो उन्हें एप्रीशिएट करो जां जो भी उह तुहानूं कमियां लगदियां ने वो टीम तक पुजणियां बहुत जरूरी ने ताकि नैक्सट टाइम
कुछ उस जो आर्टिस्ट डायरेक्टर पता लगना चाहिए ना थोड़े हाँ। जरूरी नहीं कि रिव्यूज हमेशा ऑलवेज वधिया होंगे भी क्या बात है चक दे फटे वो नहीं चाहिए हैगा वधिया नूं वधिया कहो तो जे नहीं वधिया लगी तो वो एक हैल्दी जो क्रिटिसिजम है वो करो दर्ज बहुत बहुत धन्यवाद साढ़े नाल गल करन लई भाजी और दुआवां ने साडे वल्लों भी और मैं दर्शकों भी यही कहना चाहाँगा कि तुसी फिल्म जरूर देखो तुहाडे पैसे खराब नहीं जाणगे तुसी ये जरूर कहोगे कि हाँ कुछ तो लैके आए हैं नाल बिल्कुल जी बिल्कुल क्योंकि अगले आर्टिस्ट जिहड़े भी अपने व्यूअर्स हैगे ने उन्हां चों भी इस तरह वो ये सोच लैणगे सानूं भी कदे ना कदे मौका मिल सकता है जी ये फिल्म देख के उन्होंने पता लग जू कि हाँ असीं भी काम कर सकते हैं और साड़ियाँ तियाँ भैनों तो डेफिनेटली इनकरेज होणगियां कि नहीं असी भी लाइफ दे विच कुछ चंगा कर सकदी हैं क्योंकि फीमेल्स नू बहुत ज़्यादा इनकरेज इस फिल्म दे विच कीता गया थैंक यू सो मच जी थैंक यू सो पेंटर फिल्म देखण तो बाद हुण दर्शकों का असी रिव्यू लवांगे कि किस तरह उन्होंने लग रही है सो आओ वारी वारी पुछदे हैं सो आ जाओ भाई जी किवें लगी बहुत वधिया फिल्म मेरे बहुत घैंट फिल्म है बहुत वधिया स्टोरी है जी बहुत नज़ारा बहुत वधिया मूवी है बहुत घैंट फिल्म है भाई देखो सारे बहुत ही वधिया मूवी जी बहुत वधिया जी पेंटर बहुत वधिया फिल्म सी जी बहुत वधिया फिल्म है भाई जी पेंटर फिल्म किवें लगी बहुत अच्छी नवे आर्टिस्ट नु मौका मिलया कुछ अलग कंसेप्ट आया चलूगी अच्छी फिल्म भाजी पेंटर किवें लगी बहुत वधिया जी बहुत ताज एंड टीम ने बहुत सोहना काम किया सारी टीम नु बहुत बहुत मुबारकां जी ਭਾਈ ਜੀ ਕਿਵੇਂ ਲੱਗੀ ਪੇਂਟਰ ਬਹੁਤ ਸੋਹਣੀ ਫਿਲਮ ਬਣਾਈ ਹੈ ਬਹੁਤ ਵਧੀਆ ਜੀ ਭਾਜੀ ਕੀ ਖਾਸ ਲੱਗਿਆ ਪੇਂਟਰ ਦੇ ਵਿੱਚ ਪੇਂਟਰ ਦੇ ਵਿੱਚ ਵੀਰੇ ਇੱਕ ਨਾ ਮਤਲਬ ਕਿ ਐਂ ਕਹਿ ਲਓ ਵੀ ਸੱਚੇ ਪਿਆਰ ਦੀ ਦਿਲੋਂ ਜਿਹੜੀ ਹੈ ਬੰਦੇ ਦੀ ਉਹ ਖੁਆਇਸ਼ ਹੁੰਦੀ ਉਹ ਚੀਜ਼ ਹੈ ਅੰਦਰੋਂ ਕੀ ਬਾਤ ਤੁਸੀਂ ਕੀ ਕਹੋਗੇ ਭਾਜੀ ਬਹੁਤ ਵਧੀਆ ਲੱਗੀ ਫਿਲਮ ਮੇਰਾ ਬਹੁਤ ਵਧੀਆ ਇੰਜੋਏ ਕੀਤਾ ਪੂਰਾ ਜੀ ਪੂਰਾ 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 ਪੇਂਟਰ ਇੱਕ ਬਹੁਤ ਵਧੀਆ ਫਿਲਮ ਹੈ ਇੱਕ ਕਲਾ ਨੂੰ ਉਹਨਾਂ ਨੇ ਪੇਸ਼ ਕੀਤਾ ਇੱਕ ਅਲੱਗ ਤਰ੍ਹਾਂ ਨਾਲ ਕਿ ਆਪਾਂ ਹੋਰ ਸਾਰੀਆਂ ਫਿਲਮਾਂ ਦੇਖਦੇ ਹਾਂ ਇਮੋਸ਼ਨਲ ਕਾਮੇਡੀ ਸਾਰੀ ਇੱਕ ਅਲੱਗ ਤੋਂ ਸੀਗੀ ਕਿ ਇੱਕ ਪੇਂਟਰ ਦੇ ਮਤਲਬ ਆਪਣੀ ਪੇਂਟਿੰਗ ਨਾਲ ਇੰਨਾ ਪਿਆਰ ਮਤਲਬ ਬਹੁਤ ਵਧੀਆ ਫਿਲਮ ਸੀ ਅੱਛਾ ਇੱਕ ਇਹਦੇ ਵਿੱਚ ਹੋਰ ਖਾਸ ਚੀਜ਼ ਜਿਵੇਂ ਕਿ ਲੜਕੀਆਂ ਬਾਰੇ ਦਿਖਾਇਆ ਗਿਆ ਕਿ ਤੁਸੀਂ ਵੀ ਕਿਉਂਕਿ ਇੱਕ ਲੜਕੀ ਹੋ ਬੜੀ ਜਗ੍ਹਾ ਦੇ ਉੱਤੇ ਲੋਕਾਂ ਨਾਲ ਮਿਲਦੇ ਹੋਊਗੇ ਦਿਖਾਇਆ ਗਿਆ ਕਿ ਲੜਕੀ ਨੇ ਅਗਰ ਕੁਛ ਕਰਨਾ ਹੈ ਲਾਈਫ ਦੇ ਵਿੱਚ ਤਾਂ ਉਸਨੂੰ ਉਨਾ ਹੀ ਔਂਕੜਾ ਤੋਂ ਹੋ ਕੇ ਜਾਣਾ ਪੈਂਦਾ ਜਿੱਥੇ ਮਿਸਯੂਜ਼ ਕਰਨ ਦੀ ਹਰ ਕੋਈ ਜਿਹੜਾ ਕੋਸ਼ਿਸ਼ ਕਰਦਾ ਸੋ ਇੱਕ ਮੈਸੇਜ ਦੇਣ ਦਾ ਵੀ ਇਸ ਫਿਲਮ ਦੇ ਨਾਲ ਕੋਸ਼ਿਸ਼ ਕੀਤੀ ਗਈ ਹੈ ਪੰਜਾਬੀ ਫਿਲਮਾਂ 'ਚ ਅਕਸਰ ਹੁੰਦਾ ਇਸ ਬਾਰੇ ਕੀ ਇਸ ਬਾਰੇ ਇਹ ਹੈ ਕਿ ਮਤਲਬ ਆਪਾਂ ਨੂੰ ਕਿਸੇ ਰਾਹ ਦੇ ਵੱਲ ਜਾਣਾ ਪੈਂਦਾ ਨਾ ਤਾਂ ਲੋਕ ਔਂਕੜਾਂ ਬਣ ਕੇ ਆਉਣਗੇ ਠੀਕ ਹੈ ਕਿ ਆਪਾਂ ਨੂੰ ਮਿਸਯੂਜ਼ ਕਰਨਗੇ ਬਹੁਤ ਜ਼ਿਆਦਾ ਹੈ ਨਾ ਪਰ ਇਹ ਕੋਈ ਤਰੀਕਾ ਨਹੀਂ ਹੁੰਦਾ ਆਪਾਂ ਕਿਸੇ ਦੇ ਮਤਲਬ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਇਹ ਅੱਛਾ ਨਹੀਂ ਹੈ थैंक यू सो भाई जी पेंटर फिल्म किवें लगी बहुत वधिया लगी भाई जी बहुत वधिया रूह खुश होगी देख के एक तो हुंदा भी दिल खुश होना इहदा रूह खुश होगी देख के मीनिंगफुल सीगा सारा कुछ समझ आंदा सीगा होर फिल्मां तो बहुत हट के फिल्म बहुत वधिया लगी सो सारे कह रहे ने कि कुछ हट के है कुछ डिफरेंट है तो खास एलीमेंट तुहानू की लग्या फिल्म दे विचों जिहड़ा तुहानू लगदा कि बहुत खास सीगा ते कुछ नवां सी हाँ जय साईं जी जिवें बच्चे स्ट्रगल जिहड़े करदे है पेंटर नूं तो वैसे भी किवें कि अज तक पेंटर दे फिल्म बनी नहीं है जी पहली बार एक पेंटर नूं उहदे भाव हाव भाव दसे गए कि वह किस तरह का इंसान है एक रब रूप ही है वह बड़ा अच्छा लगे क्या बात जी जी तुसीं की कहोगे सर जिहड़ी ये मूवी है ना ये फिल्म है ये रूहां का मेल दिखाया गया भी रूहां किद्दां मिलदियां बस यही कहना चाहता पैसा सब कुछ नहीं हुंदा ठीक है ना जो अंदरों बंदे दे हुंदी है वो हुंदा है पैसा पूसा एक खत्ता दी मैल है घड़ी च आ जाता है घड़ी च खत्म हो जाता है तो असी तो बहुत किया बाकी साढ़े साईं बाबा बुढ़ने शाह की कृपा रही तो फिल्म से भी सब तो पहला नाम भी उन्होंने आया साईं बाबा बुढ़ने शाही का तो फिल्म क्या उन्होंने सब कुछ चलता है तो फिल्म तो फुल चलेगी पास है सरकार आई हुई है जय साईं बाबा बुढ़ने शाही एक सच्चाई दिखाई गई फिल्म के ਅਸੀਂ ਆਸ ਕਰਦੇ ਵੀ ਸਾਰੀ ਜਿੰਨੀ ਵੀ ਸਾਡੀ ਪਬਲਿਕ ਹੈਗੀ ਹੈ ਉਹਨੂੰ ਔਰ ਉਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਇਸ ਮੂਵੀ ਨੂੰ ਨਾ ਕਿ ਕੋਈ ਹੋਰ ਸ਼ੋਰ ਸ਼ਰਾਬੇ ਜਾਂ ਕਮੇਡੀ ਦੇ ਤੌਰ 'ਤੇ ਇੱਕ ਰਿਐਲਿਟੀ ਜੋ ਦਿਖਾਈ ਗਈ ਹੈ ਉਹਦਾ ਮੁੱਲ ਪੈਣਾ ਚਾਹੀਦਾ ਤਾਂ ਕਿ ਐਸੀਆਂ ਫਿਲਮਾਂ ਅੱਗੇ ਡਾਇਰੈਕਟਰ ਹੋਰ ਬਣਾਉਣ ਹੋਰ ਮੂਵੀਆਂ ਐਸੀਆਂ ਆਉਣ ਸੋ ਫਾਈਨਲੀ ਜੀ ਪ੍ਰੀਮੀਅਰ ਜਿਹੜਾ ਕੰਪਲੀਟ ਹੋ ਚੁੱਕਿਆ ਔਰ ਜਿਵੇਂ ਕਿ ਤੁਸੀਂ ਸਟਾਰਕਾਸਟ ਦੇ ਨਾਲ ਵੀ ਮਿਲੇ ਫਿਲਮ ਬਾਰੇ ਕਈ ਗੱਲਾਂ ਹੋਈਆਂ ਔਰ ਫਿਲਮ ਦੇ ਬਾਰੇ ਥੋੜ੍ਹਾ ਬਹੁਤਾ ਮੈਂ ਦੱਸ ਦਿੰਦਾ ਸਪੋਇਲਰ ਨਹੀਂ ਦਊਂਗਾ ਤਾਂ ਕਿ ਤੁਹਾਡਾ ਇੰਟਰਸਟ ਜਿਹੜਾ ਉਹ ਖਰਾਬ ਨਾ ਹੋਵੇ ਫਿਲਮ ਦੇਖਣ ਦਾ ਜਿਹੜਾ ਐਕਸਾਈਟਮੈਂਟ ਹੈ ਉਹ ਖਰਾਬ ਨਾ ਹੋਵੇ ਸੋ ਫਿਲਮ ਪੇਂਟਰ ਦੀ ਗੱਲ ਕਰੀਏ ਸੋ ਜਿਵੇਂ ਕਿ ਮੈਂ ਸਟਾਰਟਿੰਗ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਬੜੀ ਖੂਬਸੂਰਤ ਇੱਕ ਆਰਟਿਸਟ ਦੀ ਕਹਾਣੀ ਹੈ ਪੇਂਟਰ ਦੇ ਉੱਤੇ ਅੱਜ ਤੱਕ ਕੋਈ ਫਿਲਮ ਨਹੀਂ ਬਣੀ ਸੀਗੀ ਸੋ ਪੇਂਟਰ ਪੇਂਟਿੰਗ ਆਰਟ ਜਿਹੜਾ ਹੈਗਾ ਉਸ ਦੇ ਉੱਤੇ ਪੰਜਾਬੀ ਫਿਲਮ ਅਸੀਂ ਕਹਿ ਸਕਦੇ ਕਿ ਪਹਿਲੀ ਵਾਰ ਬਣੀ ਹੈ ਸੋ ਇਸ ਆਰਟਿਸਟ ਦੀ ਕੀ ਸੋਚ ਹੁੰਦੀ ਹੈ ਕਿੰਨਾ ਰੂਹਾਨੀ ਸੋਚਦਾ ਹੈ ਉਹਦਾ ਵਿਜ਼ਨ ਕੀ ਹੁੰਦਾ ਉਸ ਬਾਰੇ ਗੱਲ ਹੋਈ ਹੈ ਅਤੇ ਜ਼ਿੰਦਗੀ ਕਿੰਨੀ ਸਿੰਪਲ ਹੋ ਸਕਦੀ ਹੈ ਇਸ ਫਿਲਮ ਤੋਂ ਤੁਹਾਨੂੰ ਦੇਖਣ ਸਮਝਣ ਨੂੰ ਮਿਲੇਗਾ ਸਿਰਫ ਪੜ੍ਹਾਉਂਦੀ ਨਹੀਂ ਹੈ ਫਿਲਮ ਤੁਹਾਨੂੰ ਐਂਟਰਟੇਨ ਵੀ ਕਰਵਾਉਂਦੀ ਹੈ ਕਾਮੇਡੀ ਵੀ ਜਿੱਥੇ ਜਿੱਥੇ
ਸਿਚੁਏਸ਼ਨਲ ਆਉਂਦੀ ਹੈ ਤਾਂ ਤੁਸੀਂ ਡੈਫੀਨੇਟਲੀ ਹੱਸੋਗੇ, ਜੀ ਖੋਲ੍ਹ ਕੇ ਹੱਸੋਗੇ, ਸੋ ਇੰਜੋਏ ਕਰੋਗੇ। ਸੋ ਉਸਦੇ ਨਾਲ ਹੀ ਨਾਲ ਇੱਕ ਨਵੀਂ ਸਟਾਰ ਕਾਸਟ ਜਿਹਦੇ ਵਿੱਚ ਮੇਨ ਲੀਡ ਦੇ ਉੱਤੇ ਆਕ੍ਰਿਤੀ ਸੋਹੋਤਾ ਤੁਹਾਨੂੰ ਫੀਮੇਲ ਕੈਰੇਕਟਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਮਹਿਰਾਜ ਸਿੰਘ ਜੋ ਪੇਂਟਰ ਦੇ ਕਿਰਦਾਰ ਦੇ ਵਿੱਚ ਅਤੇ ਈਸ਼ਾ ਗੁਪਤਾ। ਸੋ ਬਹੁਤ ਹੀ ਵਧੀਆ ਸਟਾਰ ਕਾਸਟ ਔਰ ਇੱਕ ਅੱਛਾ ਪਰਫੋਰਮੈਂਸ ਜਿਹੜੀ ਅਸੀਂ ਇਸ ਨੂੰ ਕਹਾਂਗੇ। ਸੋ ਫਿਲਮ ਜਿਹੜੀ ਹੈ ਜਦੋਂ ਤੁਸੀਂ ਦੇਖਣ ਜਾਓਗੇ ਥੀਏਟਰ ਦੇ ਵਿੱਚ ਤਾਂ ਡੈਫੀਨੇਟਲੀ ਤੁਹਾਡੇ ਪੈਸੇ ਵਸੂਲ ਕਰਵਾਏਗੀ, ਤੁਸੀਂ ਇੰਜੋਏ ਕਰਕੇ ਆਓਗੇ। ਸੋ ਜਾਓ ਆਪਣੀ ਫੈਮਲੀ ਦੇ ਨਾਲ ਦੇਖ ਕੇ ਆਓ ਔਰ ਬੜਾ ਕੁਛ ਸਿੱਖ ਕੇ ਸਮਝ ਕੇ ਅਤੇ ਐਂਟਰਟੇਨ ਹੋ ਕੇ ਆਓ। ਸੋ ਆ ਕੇ ਸਾਨੂੰ ਵੀ ਦੱਸਣਾ ਕਿ ਇਹ ਫਿਲਮ ਕਿੱਦਾਂ ਦੀ ਲੱਗੀ ਹੈ, ਆਡੀਅੰਸ ਤੋਂ ਵੀ ਤੁਸੀਂ ਸੁਣ ਲਿਆ ਕਿ ਉਹਨਾਂ ਨੂੰ ਕਿੱਦਾਂ ਦੀ ਲੱਗੀ ਹੈ। ਸੋ ਅਸੀਂ ਅਗਲੀ ਵਾਰੀ ਕਿਸੇ ਹੋਰ ਫਿਲਮ ਦੇ ਪ੍ਰੀਮੀਅਰ ਦੇ ਉੱਤੇ ਮਿਲਾਂਗੇ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।